ਵਾਹ ਧੰਨ ਵਾਹ ਧੰਨ ਵਾਹ ਧੰਨ ਵਾਹ ਧੰਨ ਸਾਡੇ ਮਨ ਨੂੰ ਖਿਡਾਰੀ ਬਣਾ ਕੇ ਖੇਡ ਖੇਡਣ ਵਾਸਤੇ ਇੱਥੇ ਭੇਜਿਆ ਗਿਆ ਹੁਣ ਖੇਡ ਦੇ ਵਿੱਚ ਸਾਡਾ ਮਨ ਇੰਨਾ ਰੁੱਝ ਗਿਆ ਕਿ ਵਾਪਸ ਘਰੇ ਨਹੀਂ ਗਿਆ ਲੇਕਿਨ ਕਿੱਧਰ ਚਲਾ ਗਿਆ ਖੇਡ ਦੇ ਵਿੱਚ ਅੱਗੇ ਦੀ ਅੱਗੇ ਵਧਦਾ ਗਿਆ ਤੇ ਉਹ ਅੱਗੇ ਕਿੱਧਰ ਵਧਿਆ ਜੂਨਾ ਚ ਕਿੱਧਰ ਚਲਾ ਗਿਆ ਇਹ 81 ਲੱਖ ਜੂਨ ਦੇ ਵਿੱਚ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਚਲਾ ਗਿਆ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੇਖਿਆ ਕਿ ਇਹਨਾਂ ਬੱਚਿਆਂ ਨੇ ਥੋੜੀ ਥੋੜੀ ਭਗਤੀ ਕੀਤੀ ਚਾਹੇ ਉਹ ਜੂਨ ਕਿਹੜੀ ਵੀ ਮਿਲੀ ਹਰ ਜੂਨ ਦੇ ਵਿੱਚ ਹਰ ਇੱਕ ਜੂਨ ਮਾਲਕ ਨੂੰ ਤੇ ਆਉਂਦੀ ਹੈ ਪੌਣ ਪਾਣੀ ਅੱਗ ਵੀ ਤੇਉਂਦੇ ਨੇ ਗਾਵੇ ਦੁੱਧ ਨੂੰ ਪੌਣ ਪਾਣੀ ਬਸੰਤਰ ਹੈ ਗਾਵੇ ਰਾਜਾ ਧਰਮਦਵਾਰੇ ਜਿਨ੍ਹਾਂ ਨੇ ਥੋੜੀ ਥੋੜੀ ਭਗਤੀ ਕੀਤੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੈਲਕੂਲੇਸ਼ਨ ਕਰਾਇਆ ਵੀ ਦੇਖੋ ਇਹਨਾਂ ਨੇ ਉਹਨਾਂ ਗ ਸਵਾਸਾਂ ਦਾ ਧਨ ਜਮਾ ਕਰਾ ਲਿਆ ਜਿਸ ਦੇ ਮਦਾਵਕ ਇਹਨਾਂ ਨੂੰ ਮਨੁੱਖਾ ਦੇਹੀ ਦਿੱਤੀ ਜਾ ਸਕੇ ਗੁਰਸੇਵਾ ਤੇ ਭਗਤ ਕਮਾਈ ਕਿਤਾਬੇ ਹਿਮਾਂਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਕਹਿੰਦੇ ਭਜਨ ਕਰੋ ਭੁੱਲੋ ਨਾ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲੋ ਹੁਣ ਆਪਾਂ ਕੀ ਕੀਤਾ ਪਿਛਲੇ ਜਨਮਾਂ ਦੇ ਵਿੱਚ ਇੱਕ ਹੁੰਦੀ ਥੋਕ ਦੀ ਦੁਕਾਨ ਇੱਕ ਹੁੰਦੀ ਪਰਚੂਨ ਦੀ ਦੁਕਾਨ ਆਪਾਂ ਸਾਰਿਆਂ ਨੇ ਪਰਚੂਨ ਰੂਪ ਦੇ ਵਿੱਚ ਥੋੜਾ ਥੋੜਾ ਪਰਚੂਨ ਕਿਹਨੂੰ ਕਹਿੰਦੇ ਆ ਥੋੜਾ ਥੋੜਾ ਪਰਚੂਨ ਰੂਪ ਦੇ ਵਿੱਚ ਸਵਾਸ ਰੂਪੀ ਪੂੰਦੀ ਇਕੱਠੀ ਕਰਾਈ ਤੇ ਮਾਲਕ ਨੇ ਖੁਸ਼ ਹੋ ਕੇ ਮਨੁੱਖ ਜਾਮਾ ਦਿੱਤਾ ਮਹਾਰਾ ਕੀ ਕਹਿੰਦੇ ਕਹਿੰਦੇ ਪੂਰਵ ਜਨਮ ਪਰਚੂਨ ਕਮਾਏ ਪੂਰਬ ਜਨਮ ਪਰਚੂਨ ਕਮਾਏ ਹਰ 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 ਨਾਮ ਪਿਆਰੇ ਹੁਣ ਜਿਹੜੇ ਮਨ ਮਾਲਕ ਦੀ ਦ੍ਰਿਸ਼ਟੀ ਚ ਆਏ ਵੀ ਇਹਨਾਂ ਦਾ ਹੱਕ ਬਣਦਾ ਇਹਨਾਂ ਨੂੰ ਮਨੁੱਖ ਜਾਮਾ ਦਿੱਤਾ ਜਾਏ ਤੇ ਉਹਨਾਂ ਮਨਾਂ ਨੂੰ ਮਾਲਕ ਨੇ ਮਨੁੱਖ ਜਾਮਾ ਦੇ ਕੇ ਗ੍ਰਾਉਂਡ ਦੇ ਵਿੱਚ ਉਤਾਰ ਦਿੱਤਾ ਗਿਆ ਔਰ ਜਿਨ੍ਹਾਂ ਨੂੰ ਮਨੁੱਖ ਜਾਮਾ ਮਿਲਿਆ ਉਹਨਾਂ ਨੂੰ ਮਾਲਕ ਨੇ ਇੱਕ ਮੌਕਾ ਦਿੱਤਾ ਕੀ ਦਿੱਤਾ ਜੀ ਇੱਕ ਚਾਂਸ ਦਿੱਤਾ ਇੱਕ ਵਾਰੀ ਦਿੱਤੀ ਉਸ ਚਾਂਸ ਬਾਰੇ ਉਸ ਵਾਰੀ ਬਾਰੇ ਆਪਾਂ ਗੁਰਬਾਣੀ ਚ ਪੜਦੇ ਆਂ ਕੀ ਪੜਦੇ ਆਂ ਭਈ ਪ੍ਰਾਪਤ ਮਨੁਖ ਦੇਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਹੋਰ ਜੂਨਾਂ ਨੂੰ ਮੌਕਾ ਨਹੀਂ ਦਿੱਤਾ ਮਾਲਕ ਨੂੰ ਮਿਲਣ ਦਾ ਸਿਰਫ ਮਨੁਖ ਜਾਮੇ ਦੇ ਵਿੱਚ ਹੀ ਸਾਡਾ ਮਨ ਕਿੰਨੇ ਮਿਲਣਾ ਮਾਲਕ ਨੂੰ ਮਨ ਨੇ ਮਿਲਣਾ ਮਨੁਖ ਜਾਮੇ ਦੇ ਵਿੱਚ ਸਾਡੇ ਮਨ ਨੂੰ ਦੂਸਰੀਆਂ ਜੂਨਾਂ ਨਾਲੋਂ ਜਿਆਦਾ ਅਕਲ ਦਿੱਤੀ ਜਿਆਦਾ ਸੋਝੀ ਦਿੱਤੀ ਜਿਆਦਾ ਗਿਆਨ ਦਿੱਤਾ ਲੇਕਿਨ ਗਿਆਨ ਹੋਣ ਦੇ ਬਾਵਜੂਦ ਵੀ ਸੋਝੀ ਹੋਣ ਦੇ ਬਾਵਜੂਦ ਵੀ ਸਾਡਾ ਮਨ ਪਸ਼ੂ ਵਾਲੇ ਕੰਮ ਕਰਨ ਲੱਗਾ ਉਦਾਹਰਨਾਂ ਦਿੱਤੀਆਂ ਗੁਰਬਾਣੀ ਦੇ ਵਿੱਚ ਹੁਣ ਆਪਾਂ ਮਿਲਣਾ ਸੀ ਮਾਲਕ ਨੂੰ ਤੇ ਮਹਾਰਾਜ ਕਹਿੰਦੇ ਜੇ ਤੁਸੀਂ ਵੀ ਕੰਮ ਕਰਦੇ ਰਹੇ ਧੰਦੇ ਕਰਦੇ ਰਹੇ ਬੱਚੇ ਪਾਲਦੇ ਰਹੇ ਇਹ ਤਾਂ ਪਸ਼ੂ ਪੰਛੀ ਵੀ ਕਰਦੇ ਆ ਤੇ ਤੁਹਾਡੇ ਵਿੱਚ ਤੇ ਪਸ਼ੂ ਪੰਛੀ ਵਿੱਚ ਕੀ ਫਰਕ ਹੋਇਆ ਤੁਸੀਂ ਕਾਰੋਬਾਰ ਕਰਦੇ ਹੋਏ ਬੱਚਿਆਂ ਨੂੰ ਪਾਲਦੇ ਹੋਇਆਂ ਭਗਤੀ ਕਰੋ ਭਗਤੀ ਕਰਕੇ ਜਿਸ ਮਕਸਦ ਲਈ ਸਾਡੇ ਮਨ ਨੂੰ ਮਨੁੱਖ ਜਾਮਾ ਮਿਲਿਆ ਉਹ ਮਕਸਦ ਪੂਰਾ ਕਰੋ ਆਪ ਵੀ ਕਰੋ ਤੇ ਆਪਦੇ ਬੱਚਿਆਂ ਨੂੰ ਵੀ ਕਰਾਓ ਤੇ ਆਪਦੇ ਮਾਪਿਓ ਨੂੰ ਵੀ ਕਰਾਓ ਕਿ ਜਨਮ ਮਰਨ ਦਾ ਜਿਹੜਾ ਦੁੱਖ ਲੱਗਿਆ ਸਾਡੇ ਮਨ ਨੂੰ ਉਹ ਕਟਿਆ ਜਾਏ ਉਹ ਖੰਡਨ ਹੋ ਜੇ ਤੇ ਜਨਮ ਮਰਨ ਦਾ ਦੁੱਖ ਜਿਹੜਾ ਸਾਡੇ ਮਨ ਨੂੰ ਲੱਗਿਆ ਹੋਇਆ ਉਹ ਕਿਵੇਂ ਖੰਡਨ ਹੋਏਗਾ ਉਹ ਉਦੋਂ ਖੰਡਨ ਹੋਏਗਾ ਜਦੋਂ ਸਾਡਾ ਮਨ ਉਹ ਨਾਮ ਦੇ ਵਿੱਚ ਸਮਾਏਗਾ ਜਿਹੜਾ ਨਾਮ ਲਿਖਣ ਪੜਨ ਵਿੱਚ ਨਹੀਂ ਆਉਂਦਾ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਓਮ ਨਾਮ ਸਾਡੇ ਅੰਦਰ ਨਾਉ ਨਿਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸ ਕਾ ਬਿਸ਼ਰਾਮ ਵਾਹਿਗੁਰੂ ਗੁਰਮੰਤਰ ਆਪਾਂ ਸਿਮਰਨ ਕਰਦੇ ਆਂ ਇਹ ਇਸ ਤਰ੍ਹਾਂ ਕਰਦੇ ਆਂ ਜਿਵੇਂ ਇੱਕ ਬਾਦਸ਼ਾਹ ਦੇ ਵਿੱਚ ਪਿਤਾ ਨੂੰ ਡੈਡੀ ਕਿਹਾ ਜਾਂਦਾ ਇੱਕ ਬਾਦਸ਼ਾਹ ਦੇ ਵਿੱਚ ਪਾਪਾ ਕਿਹਾ ਜਾਂਦਾ ਇੱਕ ਬਾਦਸ਼ਾਹ ਦੇ ਵਿੱਚ ਅੱਬਾ ਕਿਹਾ ਜਾਂਦਾ ਫਾਦਰ ਕਿਹਾ ਜਾਂਦਾ ਇਹ ਤਾਂ ਐ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗਸਈਆ ਕੋਈ ਅਲਾਏ ਲੇਕਿਨ ਨਾਮ ਜਿਹੜਾ ਹੈ ਇਹ ਤਾਂ ਸਿਰਫ ਸੁਣਿਆ ਜਾ ਸਕਦਾ ਇਹ ਪ੍ਰਮਾਤਮਾ ਦੀ ਆਵਾਜ਼ ਆ ਮਨ ਜੀਵੈ ਨਾਮ ਸੁਣ ਤੇਰਾ ਤੇ ਨਾਮ ਕੀ ਹੈ ਨਾਮ ਹੈ ਸੱਚ ਦੀ ਆਵਾਜ਼ ਕੀ ਹੈ ਜੀ ਸੱਚ ਪ੍ਰਮਾਤਮਾ ਨੂੰ ਕਹਿੰਦੇ ਨੇ ਆਦ ਸੱਚ ਜੁਗਤ ਸੱਚ ਹੈ ਵੀ ਸੱਚ ਨਾਨਕ ਤੇ ਆਵਾਜ਼ ਕਿਸਰਾਂ ਦੀ ਆ ਉਹ ਅੱਖਰਾਂ ਵਾਲੀ ਨਹੀਂ ਹੈ ਉਹ ਇੱਕ ਧੁਨ ਹੈ ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ ਤੇ ਇਹਦੇ ਨਾਲ ਹੀ ਮਾਲਕ ਦਾ ਦੱਸ ਦਿੱਤਾ ਮਾਲਕ ਇਸ ਤਰ੍ਹਾਂ ਦਾ ਹੈ ਕਹਿੰਦੇ ਚਿਰ ਹੋਆ ਦੇਖੇ ਸਾਰੰਗ ਪਾਣੀ ਪਾਣੀ ਵਰਗਾ ਸ਼ੀਸ਼ੇ ਵਰਗਾ ਮਾਲਕ ਜਿੰਦੀ ਅਸੀਂ ਔਲਾਦ ਹਾਂ ਮਨ ਤੌਰ ਤੇ ਤਨ ਦੌਰ ਦੇ ਅਸੀਂ ਔਲਾਦ ਆ ਆਪਣੇ ਮਾਂ ਪਿਓ ਦੀ ਜਿਹੜੇ ਇਸ ਘਰਾਂ ਦੇ ਵਿੱਚ ਮਾਂ ਪਿਓ ਆ ਲੇਕਿਨ ਗੁਰਬਾਣੀ ਗੁਰੂ ਮੰਨਦੀ ਗੱਲ ਕਰਦੇ ਆ ਮਨ ਦੌਰ ਦੇ ਅਸੀਂ ਔਲਾਦ ਆ ਅਕਾਲਪੁਰਖ ਦੀ ਕਿੰਦੀ ਔਲਾਦ ਆ ਇੱਕ ਦੀ ਇੱਕ ਪਿਤਾ ਇੱਕ ਇਸਕੇ ਹਮ ਬਾਰਗ ਉਹ ਆ ਸਾਡੀ ਪਿਤਾ ਹੈ ਉਹੀ ਸਾਡੀ ਮਾਂ ਹੈ ਹਰਜੀ ਮਾਤਾ ਹਰਜੀ ਪਿਤਾ ਹਮ ਹਰ ਕੇ ਬਾਰਗ ਹੁਣ ਨਾਮ ਦੇ ਵਿੱਚ ਸਮਾ ਕੇ ਸਾਡੇ ਮਨ ਨੇ ਆਪ ਦਾ ਜਨਮ ਮਰਨ ਖੰਡਨ ਕਰਨਾ ਹੈ ਤੇ ਪ੍ਰਭੂ ਮਲਾਪ ਕਰਨਾ ਹੈ ਕੀ ਕਹਿੰਦੇ ਆਪਾਂ ਬਾਣੀ ਵਿੱਚ ਬੜਦੇ ਸੁਣਦੇ ਆ ਰਹੇ ਹਰ ਜਨ ਹਰ ਹਰ ਨਾਮ ਸਮਾਣੇ ਹੁਣ ਸਮਝੋ ਸਿਆਰੇ ਧਿਆਨ ਨਾਲ ਹਰ ਜਨ ਜਨ ਕਿਹਨੂੰ ਕਹਿੰਦੇ ਨੇ ਹਰੀ ਦਾ ਜਨ ਹਰੀ ਦਾ ਪੁੱਤ ਹਰੀ ਦਾ ਬੱਚਾ ਕੌਣ ਆ ਮਨ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਪਵਖੰਡਾ ਹੈ ਅਬਨਾਸੀ ਬੁਰਖ ਬਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਜਦਦੇ ਉਸ ਅਬਨਾਸੀ ਨੂੰ ਪੁਰਖ ਨੂੰ ਪਰਮੇਸ਼ਰ ਨੂੰ ਪਾ ਲਿਆ ਜਨਮਨ ਖੰਡਨ ਹੋ ਗਿਆ ਫਿਰ ਵਿਡਾਈ ਹੋਈ ਵਿਧਾਈਆਂ ਮਿਲਣ ਲੱਗੀਆਂ ਸੋਭਾ ਹੋਈ ਬਹੁਤ ਸੋਭ ਖੰਡ ਬ੍ਰਹਮੰਡਾ ਖੰਡਾਂ ਬ੍ਰਹਮੰਡਾਂ ਦੇ ਵਿੱਚ ਸੋਭਾ ਏ ਧਰਤੀ ਹੈ ਕਿ ਖੰਡ ਹੈ ਇਹ ਜੇ ਪਤਾ ਨਹੀਂ ਕਿੰਨੇ ਕਿ ਖੰਡ ਨੇ ਸਾਰੇ ਖੰਡਾਂ ਦੇ ਵਿੱਚ ਸੋਭਾ ਹੋਈ ਤੇ ਕਿੰਨੇ ਕੀਤੀ ਸੋਭਾ ਦੇਵੀ ਦੇਵਤੇ ਨੇ ਕੀਤੀ ਕਿੰਨੇ ਨੇ ਕੀਤੀ ਜੀ ਦੇਵੀ ਦੇਵਤੇ ਵੀ ਇਸ ਜਨਮ ਨੂੰ ਲੋਚਦੇ ਹਾਲੇਕਨ ਉਹਨਾਂ ਦਾ ਹਜੇ ਪ੍ਰਭੂ ਮਿਲਾਪ ਨਹੀਂ ਲੇਕਿਨ ਉਹ ਪਾਰਦਰਸ਼ੀ ਨੇ ਉਹ ਕਿੰਨੇ ਜੀ ਪਾਰਦਰਸ਼ੀ ਨੇ ਇਸ ਕਰਕੇ ਉਹ ਜਨਮ ਮੰਗਦੇ ਨੇ ਮਾਲਕ ਤੋਂ ਅਰਦਾਸਾਂ ਕਰਦੇ ਨੇ ਮਹਾਰਾਜ ਸਾਨੂੰ ਵੀ ਦੁਬਾਰਾ ਚਾਂਸ ਦੇ ਅਸੀਂ ਵੀ ਐਂ ਮਿਲ ਗਏ ਜਿਵੇਂ ਇਹ ਮਿਲ ਕੇ ਗਏ ਨੇ ਤੁਹਾਨੂੰ ਅਸੀਂ ਵੀ ਵੀ ਨਾਮ ਵਿੱਚ ਸਮਾ ਕੇ ਜਾਈਏ ਤੈਨੂੰ ਮਿਲ ਲਈਏ ਸਾਡੀ ਵੀ ਸ਼ੋਭਾ ਹੋਵੇ ਵਾਹ ਵਾਹ ਹੋਵੇ ਆਇਆ ਸੀ ਜਿਓ ਗਿਆ ਮਿਲ ਗਿਆ ਤੇ ਦੇਵੀ ਦੇਵਤੇ ਕਿਵੇਂ ਅਰਦਾਸ ਕਰਦੇ ਨੇ ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਹ ਮਾਨਸ ਜਾਮੇ ਦਾ ਲਾਹ ਹੀ ਇਹ ਹੈ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਭਜਨ ਕਰੀਏ ਸਿਮਰਨ ਕਰਕੇ ਉਹਨੂੰ ਮਿਲ ਲਈਏ ਸੱਚੀ ਮੂਚੀ ਮਿਲਣਾ ਹੈ ਗੱਲਾਂ ਨਹੀਂ ਸੱਚੀ ਮੂਚੀ ਉਹਨੂੰ ਸੁਣਨਾ ਹੈ ਅਕਾਲ ਪੁਰਖ ਜੀ ਨੂੰ ਸੁਣਨਾ ਹੈ ਉਹਦੀ ਆਵਾਜ਼ ਸੁਣਨੀ ਹੈ ਉਹ ਹਰ ਕੀ ਕਥਾ ਸਾਡੇ ਅੰਦਰ ਕਰ ਰਿਹਾ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣ ਤੇ ਦਰਦ ਦੁੱਖ ਲੱਗ ਉਹ ਨਾਮ ਸੁਣਨਾ ਹੈ ਹਰ ਕੀ ਕਥਾ ਸੁਣਨੀ ਹੈ ਦਰਦ ਦੁੱਖ ਜਿਹੜੇ ਨੇ ਉਹ ਲੱਥ ਜਾਣਗੇ ਲੇਕਿਨ ਕਦੀ ਆਪਾਂ ਹਰ ਕੀ ਕਥਾ ਸੁਣੀ ਨਹੀਂ ਕਿਉਂਕਿ ਸਾਨੂੰ ਗਿਆਨ ਹੀ ਨਹੀਂ ਕਦੀ ਅਸੀਂ ਸਹਿਜ ਤੁਨ ਸੁਣੀ ਨਹੀਂ ਕਿਉਂਕਿ ਸਾਨੂੰ ਗਿਆਨ ਨਹੀਂ ਕਦੀ ਅਸੀਂ ਸ਼ਬਦ ਨਾਮ ਉਸੇ ਨੂੰ ਕਹਿੰਦੇ ਨੇ ਸੁਣਿਆ ਹੀ ਨਹੀਂ ਕਿੰਨੀ ਗੁਰਬਾਣੀ ਵਿੱਚ ਨਾਮ ਦੀ ਮਮਾ ਹੋ ਰਹੀ ਆ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹ ਹੁਣ ਅਸੀਂ ਮੱਥਾ ਟੇਕ ਲਗੇ ਹੀ ਮੰਗਦੇ ਆ ਸੱਚੇ ਬਾਦਸ਼ਾ ਬਿਸਰ ਨਾਹੀ ਦਾਤਾਰ ਆਪਣਾ ਨਾਮ ਰਿਹੋ ਗੁਣ ਗਾਵਾਂ ਦੇ ਨਰਾਤ ਨਾਨਕ ਚਾਹੋ ਹੋ ਮਹਾਰਾਜ ਤੇਰੇ ਨਾਮ ਦੇ ਗੁਣ ਗਾਉਣ ਵਾਸਤੇ ਆਏ ਆ ਤੇਰੇ ਗੁਣ ਗਾਉਣ ਵਾਸਤੇ ਸਿੱਖ ਨੇੜਾ ਦੀ ਧਰਤੀ ਤੇ ਆਏ ਆ ਮਹਾਰਾਜ ਤੂੰ ਨਾ ਵਿਸਰੇ ਨਾਮ ਦੀ ਕਿਰਪਾ ਕਰਦਾ ਹੀ ਰਹੀਂ ਕਰਦਾ ਹੀ ਰਹੀਂ ਆਪਦੇ ਨਾਲੋਂ ਨਾ ਵਿਛੋੜੀ ਹੈ ਨਹੀਂ ਤੇ ਜੇ ਤੂੰ ਥੋੜਾ ਜਿਹਾ ਵੀ ਵਿਛੜ ਗਿਆ ਤੇ ਐਨ ਲੱਗੇਗਾ ਜਿਵੇਂ ਕਲਯੁਗ ਵਰਤ ਗਿਆ ਬਾਣੀ ਦੇ ਵਿੱਚ ਆਪਾਂ ਪੜਦੇ ਹਾਂ ਨਾ ਸਾਰੇ ਜਾਣੇ ਇਸ ਕਰਕੇ ਗੁਰਮੁਖ ਪਿਆਰਿਓ ਸਾਰਾ ਖੇਡ ਜਿਹੜਾ ਹੈ ਉਹ ਮਨ ਦਾ ਹੈ ਮਨ ਨੂੰ ਪੰਜਾਬੀ ਵਿੱਚ ਮਨ ਕਹਿੰਦੇ ਆ ਹਿੰਦੀ ਵਿੱਚ ਮਨੂਆ ਕਹਿੰਦੇ ਆ ਅੰਗਰੇਜ਼ੀ ਵਿੱਚ ਮਾਈਂਡ ਕਹਿੰਦੇ ਆ ਹੁਣ ਉਹ ਮਨ ਮੇਰੇ ਤੋਂ ਪਹਿਲਾਂ ਸਮਰ ਸਿੰਘ ਜੀ ਤੁਹਾਨੂੰ ਇਹ ਸਮਝਾ ਕੇ ਗਏ ਨੇ ਉਹ ਮਨ ਬਾਡੀ ਚ ਕਿੱਥੇ ਆ ਹੁਣੇ ਦੱਸ ਕੇ ਗਏ ਨੇ ਨੇਤਰਾਂ ਦੇ ਵਿੱਚ ਅੱਖਾਂ ਦੇ ਵਿੱਚ ਅੱਖਾਂ ਦੇ ਵਿੱਚ ਸਾਡੇ ਇੱਕ ਬਿੰਦੂ ਚਮਕਦਾ ਹੈ ਲਾਈਟ ਚਮਕਦੀ ਚਮਕਦੀ ਆ ਕਿ ਨਹੀਂ ਜੀ ਚਮਕਦੀ ਹੈ ਨਾ ਨੇਰੇ 'ਚ ਜਿਹੜਾ ਬੈਠਾ ਥੋੜਾ ਜਿਹਾ ਉਹਦੇ ਵੱਲ ਦੇਖੋ ਉਹਦੀ ਅੱਖਾਂ 'ਚ ਤਾਰਾ ਚਮਕਦਾ ਹੈ ਇਥੇ ਆ ਮਨ ਜੋਤ ਸਰੂਪ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਮਨ ਕੀ ਹੈ ਇੱਕ ਲਾਈਟ ਇੱਕ ਚਾਨਣ ਸਭ ਮੈਂ ਜੋਤ ਜੋਤ ਹੈ ਸੋਏ ਤੇ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੇ ਆਪਾਂ ਜੋਤ ਪ੍ਰਗਟ ਕਰਾਈ ਨਹੀਂ ਕੋਈ ਐਸਾ ਸਾਧੂ ਲੱਭ ਲੋ ਜਿਹੜਾ ਤੁਹਾਡੀ ਜੋਤ ਪ੍ਰਗਟ ਕਰ ਦੇ ਮਹਾਰਾਜ ਦੀ ਬਾਣੀ ਵਿੱਚ ਪੜਦੇ ਆਂ ਜੇ ਮਹਾ ਉਧਿਆਨ ਮੇ ਮਾਰਗ ਪਾਵੇ ਤੇ ਸਾਧੂ ਸੰਗਮਿਲ ਜੀ ਕਰਾਈ ਕਿਸੇ ਨੇ ਜੋਤ ਪ੍ਰਗਟ ਕਿੰਨੇ ਕਰਾਈ ਹੈ ਕਿਸੇ ਨੇ ਨਹੀਂ ਕਰਾਈ ਫਿਰ ਉਹ ਕਹਿੰਦੇ ਜੇ ਸਾਧੂ ਤੋਂ ਨਹੀਂ ਤਾਂ ਪੰਜ ਪਿਆਰੇ ਗੁਰੂ ਰੂਪ ਤੋਂ ਕਰਾ ਲਓ ਗੁਰਸਾਖੀ ਜੋਤ ਪ੍ਰਗਟ ਹੋਏ ਜਦੋਂ ਪੰਜ ਪਿਆਰੇ ਖੰਡੇ ਵਟੇ ਦੀ ਦਾਤ ਅਮਰ ਦੀ ਦਾਤ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਦੋਂ ਸਭ ਤੋਂ ਪਹਿਲਾਂ ਟੈਸਟ ਲੈਂਦੇ ਨੇ ਕੀ ਲੈਂਦੇ ਆ ਜੀ ਟੈਸਟ ਇਮਤਿਹਾਨ ਲਿਆ ਜਾਂਦਾ ਹੈ ਕਹਿੰਦੇ ਜਿੰਨੇ ਅਮਰਦੀ ਦਾਤ ਲੈਣੀ ਆ ਉਹਨੂੰ ਅਨਹਦ ਸ਼ਬਦ ਨਾਮ ਅਨਹਦ ਬਾਜੇ ਸੱਚਾ ਸ਼ਬਦ ਸੱਚੀ ਬਾਣੀ ਸੁਣਦੀ ਹੋਣੀ ਚਾਹੀਦੀ ਇਹਨਾਂ ਕੰਨਾਂ ਦੁਆਰਾ ਉਹਨੂੰ ਉਹ ਮਾਲਕ ਦੀ ਆਵਾਜ਼ ਸੁਣਦਾ ਹੋਵੇ ਉਹ ਅਮਰਦੀ ਦਾਤ ਲੈ ਸਕਦਾ ਜਾਂ ਬਿਨਾਂ ਮਿੱਠਾ ਖਾਦੇ ਉਹਨੂੰ ਹਰ ਰਸ ਅਮਰਤ ਰਸ ਨਾਮ ਰਸ ਆਤਮਿਕ ਰਸ ਆਉਂਦਾ ਹੋਵੇ ਉਹਨੂੰ ਅਮਰਦੀ ਦਾਤ ਮਿਲੇਗੀ ਦੱਸੋ ਜੀ ਕਿੰਨੂ ਸ਼ਬਦ ਸੁਣਦੇ ਨੇ ਕਿੰਨੂ ਅਮਰਤ ਰਸ ਆਉਂਦਾ ਆਉਂਦਾ ਹੀ ਨਹੀਂ ਕਿਉਂਕਿ ਗਿਆਨ ਹੀ ਨਹੀਂ ਲਿਆ ਪ੍ਰੈਕਟਿਸ ਕੀਤੀ ਨਹੀਂ ਹਾਂਜੀ ਮਿਹਨਤ ਕੀਤੀ ਨਹੀਂ ਮਾਲਕ ਨੂੰ ਮਿਲੇ ਮਿਹਨਤ ਕੀਤੀ دنیਵੀਂ ਧਨ ਦੌਲਤਾਂ ਇਕੱਠੀਆਂ ਕਰਨ ਲਈ ਆਹ ਬਣਾਣਾ ਆਹ ਬਣਾਣਾ ਉਦੋਂ ਹੀ ਪਤਾ ਹੁੰਦਾ ਜਦੋਂ ਸੱਦਾ ਆ ਜਾਂਦਾ ਉਹ ਜਾਂਦਾ ਬੰਦਾ ਇੱਥੇ ਰਹਿ ਜਾਂਦਾ ਸਾਰੇ ਸਾਡੇ ਨਾਲ ਤਾਂ ਸਾਡਾ ਸਰੀਰ ਵੀ ਨਹੀਂ ਜਾਣਾ ਜਿਹਨੂੰ ਰੋਜ਼-ਰੋਜ਼ ਮਲ ਮਲ ਕੇ ਨਹਾਉਣਾ ਕਿ ਜਾਣਾ ਜੀ ਨਹੀਂ ਨਾ ਜਾਣਾ ਤੇ ਜੇ ਕੁਛ ਵੀ ਨਹੀਂ ਜਾਣਾ ਸਾਡੇ ਨਾਲ ਤੇ ਜਿਹੜੀ ਚੀਜ਼ ਨੇ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ ਕਿੰਨੇ ਜਾਣਾ ਨਾਲ ਨਾਲ ਜਾਣਾ ਨਾਮ ਨੇ ਕਿਹੜੇ ਨਾਮ ਨੇ ਜਾਣਾ ਜਿਹੜਾ ਅਸਲ ਨਾਮ ਆ ਜਿਹੜਾ ਲਿਖਣ ਪੜਨ ਵਿੱਚ ਨਹੀਂ ਆਉਂਦਾ ਉਹਨੇ ਜਾਣਾ ਨਾਲ ਜਿਵੇਂ ਮਹਾ ਭਿਆਨ ਦੂਤ ਜਾ ਦਲੇ ਤੇ ਕੇਵਲ ਨਾਮ ਸੰਗ ਤੇਰੇ ਚਲੇ ਨਾਮ ਨੇ ਸੰਗ ਸੰਗ ਚੱਲਣਾ ਨਾਮ ਦਾ ਅਸੀਂ ਭੇਦ ਹੀ ਨਹੀਂ ਲੈ ਰਹੇ ਸਾਦ ਸੰਗਤ ਕਿ ਐਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਨੀਏ ਕਦੀ ਮੰਗਿਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਿੰਨ ਤੋਂ ਦੋ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਸੁਖ ਮੰਗਿਆ ਕਦੀ ਨਾਮ ਜੀ ਜਾਇਦਾਤ ਮੰਗਦੇ ਆ ਪਲਾਟ ਮੰਗਦੇ ਆ ਨਾਲ ਦਾ ਜ਼ਮੀਨ ਮੰਗਦੇ ਆ ਬੱਚੇ ਦਾ ਵੀਜ਼ਾ ਮੰਗਦੇ ਆ ਬੱਚੇ ਦੀ ਨੌਕਰੀ ਮੰਗਦੇ ਆ ਇਹੀ ਮੰਗਣਾਉਂਦੇ ਆ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਦੀ ਨਾਮ ਮੰਗਿਆ ਕਰਤਾ ਤੂੰ ਮੇਰਾ ਜਜਮਾਨ ਇੱਕ ਦਸ਼ਨਾ ਹੋ ਤੈਪੈ ਮੰਗਉਂਦੇ ਹੋ ਆਪਣਾ ਨਾਮ ਕਦੀ ਮੰਗੇ ਆ ਦਸ਼ਨਾ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰ ਮੈਂ ਝੋਲੀ ਅੱਡੀ ਹੋਈ ਆ ਮੈਂ ਤੇਰੇ ਦਰ ਦਾ ਮੰਗਤਾ ਹਾਂ ਸਭ ਜਾਚ ਇੱਕ ਤੂੰ ਏਕੋ ਦਾਤਾ ਤੂੰ ਇੱਕੋ ਹੀ ਦਾਤਾ ਹੈ ਦੇਣ ਵਾਲਾ ਮੰਗੇ ਹੱਥ ਪਛਾਰੇ ਜੀਓ ਮੈਂ ਹੱਥ ਅੱਡੇ ਹੋਏ ਨੇ ਤੇਰੇ ਕੋਲੇ ਮੈਨੂੰ ਨਾਮ ਦੇ ਦੇ ਨਾਮ ਮੰਗੋ ਜਿਨੇ ਇੱਥੇ ਵੀ ਸੁੱਖ ਦੇਣਾ ਅੱਗੇ ਵੀ ਸੁੱਖ ਦੇਣਾ ਤੇ ਨਾਲ ਵੀ ਜਾਣਾ ਤੇ ਜੇ ਨਾਮ ਨਾਲ ਨਾਲ ਚੱਲੇਗਾ ਜਮ ਦੂਰ ਭੱਜ ਜਾਣਗੇ ਜਿਨ੍ਹਾਂ ਜਮਾਂ ਨੇ ਕੁੱਟ ਕੇ ਲੈ ਕੇ ਜਾਣਾ ਸਾਕਤ ਹਰ ਸਾਧਨਾ ਜਾਣਿਆ ਤੇ ਨੇ ਅੰਤਰਿ ਹਉਮੇ ਕੰਡਾ ਹੈ ਜਿਉਂ ਜਿਉਂ ਚਲੇ ਚਬੇ ਦੁੱਖ ਪਾਵੇ ਜਮ ਕਾਲ ਸਿਰ ਡੰਗਾ ਹੈ ਜਦੋਂ ਅਕਾਲ ਪੁਰਖ ਦੀ ਆਵਾਜ਼ ਸੁਣੀ ਜਮਾਂ ਨੇ ਉਹਨਾਂ ਨੂੰ ਪਤਾ ਲੱਗਿਆ ਕਿ ਪਿਤਾ ਹਰਿਆ ਨਾਲ ਨਾਲ ਤੇ ਉਹਨਾਂ ਨੇ ਭੱਜ ਜਾਣਾ ਉਥੋਂ ਸ਼ਬਦ ਸੁਣੇ ਤਾਂ ਦੂਰੋਂ ਭਾਗੇ ਕੀ ਕਹਿੰਦੇ ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜਿਉ ਬੇਪਰਵਾਹ ਹੈ ਉਹਦੇ ਜਮਾਨੇ ਰੋ ਨਿਕਲ ਜਾਣਾ ਭੱਜ ਜਾਣਾ ਜਿਨ੍ਹਾਂ ਨੇ ਕੁੱਟ ਕੇ ਲਿਆਉਣਾ ਸੀ ਉਹਨਾਂ ਨੇ ਪਾਸੇ हट ਜਾਣਾ ਤੇ ਚਿਤਰ ਗੋਪਤ ਨੇ ਹੱਥ ਜੋੜ ਕੇ ਰਾਹ ਛੱਡ ਦੇਣਾ ਧਰਮਰਾਇ ਨੇ ਕੁਰਸੀ ਛੱਡ ਦੇਣੀ ਆ ਕਿੰਨਾ ਮਾਣ ਮਿਲੇਗਾ ਸਾਨੂੰ ਕੀ ਉਹ ਮਾਣ ਲੈਣਾ ਨਹੀਂ ਚਾਹੁੰਦੇ ਅਸੀਂ ਅਸੀਂ ਨਿੰਦਿਆ ਚੁਗਲੀ ਕਿਉਂ ਕਰੀਏ ਕਿਸੇ ਦੀ ਅਸੀਂ ਆਪਦਾ ਮੂੰਹ ਕਾਲਾ ਕਿਉਂ ਕਰਾਈਏ ਕਿਉਂ ਕਿਸੇ ਨਾਲ ਦੁਬਦਾ ਕਰੀਏ ਕਿਸੇ ਨਾਲ ਨਫ਼ਰਤ ਕਰੀਏ ਇਹਨੂੰ ਚੰਗਾ ਕਹੀਏ ਉਹਨੂੰ ਮਾੜਾ ਕਹੀਏ ਕਿਉਂ ਸਾਰੇ ਮਾਲਕ ਦੇ ਬੱਚੇ ਨਹੀਂ ਸਾਰੇ ਹੀ ਮਾਲਕ ਦੇ ਬੱਚੇ ਆ ਕਿਉਂ ਮਾਲਕ ਦੀ ਜੋਤ ਨਹੀਂ ਸਾਰਿਆਂ 'ਚ ਇੱਕ 'ਚ ਜੋਤ ਆ ਕਿ ਸਾਰਿਆਂ 'ਚ ਜੋਤ ਆ ਅਸੀਂ ਤਾਂ ਦਰੱਖਣ ਦਾ ਨਾਲ ਵੀ ਨਫ਼ਰਤ ਨਹੀਂ ਕਰਨੀ ਇਹਨਾਂ 'ਚ ਵੀ ਉਹਦੀ ਜੋਤ ਆ ਅਸੀਂ ਤਾਂ ਜੀਵ ਜੰਤੂਆਂ ਨਾਲ ਨਫ਼ਰਤ ਨਹੀਂ ਕਰਨੀ ਉਹਨਾਂ 'ਚ ਵੀ ਉਹਦੀ ਜੋਤ ਆ ਕਿਸੇ ਨਾਲ ਨਹੀਂ ਕਰਨੀ ਹਰ ਇੱਕ ਦੇ ਵਿੱਚ ਮਾਲਕ ਦੀ ਜੋਤ ਆ ਤੇ ਮਾਲਕ ਦੀ ਜੋਤ ਕਿੱਥੇ ਕਿੱਥੇ ਆ ਮਾਰਾ ਕਹਿੰਦੇ ਗਗਨ ਪਤਾਲੀ ਖਾਣੀ ਬਾਣੀ ਗਗਨ ਪਤਾਲੀ ਜਨਤਾ ਜੋਤ ਤੇ تمہاری ਲੋ ਕਲੀਅਰ ਕਰਦਾ ਕਹਿੰਦੇ ਖਾਣੀ ਦੇ ਵਿੱਚ ਬਾਣੀ ਦੇ ਵਿੱਚ ਪਤਾਲ ਦੇ ਵਿੱਚ ਸਾਰੀ ਜਗ੍ਹਾ ਤੇ ਮਾਲਕ ਦੀ ਜੋਤ ਆ ਸਾਡੇ ਜੀਹਾਂ ਦੇ ਅੰਦਰ ਜਨਤਾ ਦੇ ਅੰਦਰ ਵੀ ਜੋਤ ਆ ਤੇ ਕਦੀ ਜੋਤ ਬਾਰੇ ਪੁੱਛਿਆ ਕਿਸੇ ਨੇ ਕਦੀ ਬੈਠੇ ਹੋ ਡਿਸਕਸ ਕਰਦੇ ਹੋ ਕਦੀ ਕੀਤੀ ਜੋਤ ਦੀ ਗੱਲ ਨਹੀਂ ਕੀਤੀ ਜਾਤਮਾ ਜੋਤ ਜੋਤਮੈ ਜਾਤਾ ਅਕਲ ਕਲਾ ਪੜਦੇ ਆ ਪਰ ਜੋਤ ਬਾਰੇ ਪੁੱਛਿਆ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਾਣੋ ਜੋਤ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੈ ਕਹਿੰਦੇ ਅੱਗੇ ਜਾਤ ਨਹੀਂ ਜਾਣੀ ਆ ਤਨ ਨਹੀਂ ਜਾਣਾ ਜਾਤ ਕਿੱਥੋਂ ਜਾਣੀ ਉੱਥੇ ਤਾਂ ਨਾਮ ਵੀ ਨਹੀਂ ਜਾਣਾ ਸਿਰਫ ਪ੍ਰਕਾਸ਼ ਜਾਣਾ ਹੈ ਮਨ ਨੇ ਜਾਣਾ ਹੈ ਮਨ ਤੂੰ ਜੋਤ ਸਰੂਪ ਹੈ ਜੋਤ ਹੈ ਜੋ ਤੂੰ ਹਾ ਜਗਤ ਸائیں ਸائیں ਕਾਇਆ ਫਿਰ ਪਲਟੀਏ ਆ ਬਾਡੀ ਬਦਲ ਦਿੱਤੀ ਜਾਂਦੀ ਹੈ ਜੋਤ ਨਹੀਂ ਮਰਦੀ ਮਨ ਨਹੀਂ ਮਰਦਾ ਔਰ ਉਹ ਜੋਤ ਜਿਹੜੀ ਇੱਛਾ ਲੈ ਕੇ ਜਾਏਗੀ ਮਨ ਜਿਹੜੀ ਇੱਛਾ ਲੈ ਕੇ ਜਾਏਗਾ ਮਾਲਕ ਨੇ ਇੱਛਾ ਤારી ਬਣਾਇਆ ਕਹਿੰਦਾ ਪੁੱਤ ਜੋ ਤੂੰ ਮਨ ਦੀ ਪੱਟੀ ਤੇ ਲਿਖ ਕੇ ਲਿਆਏਂਗਾ ਮੈਂ ਉਹੀ ਤੇਰੀ ਇੱਛਾ ਪੂਰੀ ਕਰਾਂਗਾ ਆਪੇ ਪੱਟੀ ਕਲਮ ਆਪ ਉੱਪਰ ਲਿਖ ਵੀ ਤੂੰ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੋ ਕਹਿੰਦੇ ਇੱਕ ਦਾ ਲਿਖ ਕੇ ਲਿਆਈ ਦੂਜੇ ਦਾ ਨਾਂ ਲਿਖ ਕੇ ਲੇ ਜੇ ਤੁਸੀਂ ਚੁਗਲੀ ਨਿੰਦਿਆ ਕਰਦੇ ਰਹੇ ਕਰਦੇ ਰਹੇ ਨਾਮ ਬਾਝ ਆਏ ਤਾਂ ਮਹਾਰਾ ਕਹਿੰਦੇ ਪੁੱਤ ਤੂੰ ਵੀ ਲਿਖ ਕੇ ਲਿਆ ਆਂ ਫੱਟੀ ਤੇ ਵੀ ਮੇਰਾ ਮੂੰਹ ਕਾਲਾ ਕਰਕੇ ਨਰਕਾਂ ਚ ਸਿੱਟੋ ਮੈਨੂੰ ਨਿੰਦਾ ਭਲੀ ਕਿਸੇ ਕੀ ਨਹੀਂ ਮਾਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨਾ ਨਿੰਦਕਾਂ ਨਰਕੇ ਘੋਰ ਪਵਨ ਨਿੰਦਾ ਕਰ ਕਰ ਬੋਹ ਭਾਰ ਉਠਾਵੇ ਬਿਨ ਮਜੂਰੀ ਭਾਰ ਪਚਾਵਨੇ ਇਹ ਸਾਰਾ ਗੁਰਬਾਣੀ ਦੇ ਸ਼ਬਦ ਹੀ ਮੈਂ ਸੁਣਾ ਰਿਹਾ ਭਲੇਖਾ ਨਾ ਰਹੇ ਗੁਰਬਾਣੀ ਤੋਂ ਬਾਹਰ ਜਾ ਰਹੇ ਆਂ ਗਰਬਾਨੀ ਤੋਂ ਬਾਹਰ ਨਾ ਸੀ ਜਾਂਦੇ ਨਾ ਸਾਡੇ ਸਟੂਡੈਂਟ ਜਾਂਦੇ ਨੇ ਜਿਵੇਂ ਪਹਿਲਾਂ ਭਾਈ ਸਿਮਰ ਸਿੰਘ ਜੀ ਨੇ ਕੀਤੀ ਵਿਚਾਰ ਇਹ ਵੀ ਆਪਣੇ ਸਿਖਿਆਰਥੀ ਨੇ ਇਸੇ ਤਰ੍ਹਾਂ ਹੋਰ ਕਾਫੀ ਸਿਖਿਆਰਥੀ ਨੇ ਬਾਅਦ ਵਿੱਚ ਆਪਾਂ ਜ਼ਿਕਰ ਕਰਾਂਗੇ ਹੁਣ ਗੁਰਮੁਖ ਪਿਆਰਿਓ ਮਨ ਨੇ ਕਦੀ ਨਾਮ ਨਹੀਂ ਮੰਗਿਆ ਮਨ ਨੇ ਕਦੀ ਨਾਮ ਨਹੀਂ ਮੰਗਿਆ ਕਦੀ ਮਾਲਕ ਨੂੰ ਇਹ ਕਿਹਾ ਵੀ ਮਹਾਰਾਜ ਮੇਰੇ ਤੇ ਤਰਸ ਕਰ ਮੇਰੇ ਤੇ ਰਹਿਮ ਕਰ ਮੈਨੂੰ ਨਾਮ ਦੇ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਜਿਹਨੇ ਤਨ ਤੇ ਮਨ ਹਰੇ ਹੋ ਜਾਣੇ ਸੀ ਉਹ ਨਾਮ ਮੰਗਿਆ ਕਦੀ ਹੁਣ ਗੁਰਮੁ ਪਿਆਰਿਓ ਨਾਮ ਮੰਗ ਦਾ ਭੇਦ ਨਾ ਹੁਣ ਕਰਕੇ ਸੰਗਤ ਵਿੱਚ ਆ ਕੇ ਭੇਦ ਨਹੀਂ ਲਿਆ ਤੇ ਗੁਰਮੁ ਪਿਆਰਿਓ ਉਹਨੂੰ ਮਨਮੁਖ ਕਹਿੰਦੇ ਆ ਉਹਨੂੰ ਕੀ ਕਹਿੰਦੇ ਆ ਮਨਮੁਖ ਮਨਮੁਖ ਬਾਣੀ ਵੀ ਪੜਦਾ ਹੈ ਬਹਿਸ ਕਰਨ ਵਾਸਤੇ ਕਾਦੇ ਵਾਸਤੇ ਜੀ ਬਾਦ ਵਿਵਾਦ ਖੜਾ ਕਰਨ ਵਾਸਤੇ ਝਗੜੇ ਵਾਸਤੇ ਦੂਸਰੇ ਨੂੰ ਨੀਵਾ ਦਿਖਾਉਣ ਵਾਸਤੇ ਵੀ ਮੈਨੂੰ ਆਹ ਸ਼ਬਦ ਪੁੱਛਾਂ ਇਹਦਾ ਇਹਨੂੰ मीनिंग ਆਉਂਦਾ ਕਿ ਨਹੀਂ ਆਉਂਦਾ ਸਾਰਿਆਂ ਦੇ ਸਾਹਮਣੇ ਉਹਦੀ ਉਹਦੀ ਨੀਵੀਂ ਪੈ ਜਾਵੇ ਨਾ ਅਸੀਂ ਨਹੀਂ ਕਿਸੇ ਨੂੰ ਨੀਵਾ ਦਿਖਾਉਣਾ ਅਸੀਂ ਤਾਂ ਉੱਚਾ ਕਰਨਾ ਅਸੀਂ ਤਾਂ ਉੱਚਾ ਕਰਨਾ ਆਪਦੇ ਨਾਲੋਂ ਵੀ ਉੱਚੇ ਕਰਨਾ ਹੁਣ ਗਰਮੋ ਪਿਆਰੋ ਇਸ ਤਰ੍ਹਾਂ ਦਾ ਮਨਮੁਖ ਸਵੇਰੇ ਉੱਠਿਆ ਉਹਨੇ ਇਸ਼ਨਾਨ ਕੀਤਾ ਪਾਣੀ ਪੜੀ ਗੁਰਦਰ ਸਾਹਿਬ ਆ ਗਿਆ ਕਿੱਥੇ ਆ ਗਿਆ ਜੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਗਿਆ ਧਿਆਨ ਕੇ ਕੀ ਕੀਤਾ ਉਹਨੇ ਅੱਖਾਂ ਬੰਦ ਕਰ ਲੀਆਂ ਕੀ ਕੀਤਾ ਜੀ ਉਹਨੇ ਅੱਖਾਂ ਬੰਦ ਕਰ ਲੀਆਂ ਅੱਖਾਂ ਬੰਦ ਕਰਕੇ ਇੱਕ ਲਿਸਟ ਕੱਢੀ ਮਨ ਚੀ ਬੋਲਿਆ ਵੀ ਮਹਾਰਾਜ ਆ ਮਿਲ ਜੇ ਆ ਮਿਲ ਜੇ ਆ ਮਿਲ ਜੇ ਆ ਹੋ ਜੇ ਆ ਹੋ ਜੇ ਆ ਤੇ ਮਾਲਕ ਕੀ ਕਹਿੰਦੇ ਕਹਿੰਦੇ ਤੂੰ ਨੌਕਰ ਤੋਂ ਮੰਗੀ ਜਾਨਾ ਕਿਉਂਕਿ ਸਾਰਾ ਕੁਝ ਕਿੰਦੇ ਕੋਲੇ ਹੈ ਕਾਲ ਕੋਲੇ ਖੰਡ ਪਤਾਲ ਦੀਪ ਸਭ ਲੋਆ ਕਾਲੇ ਕੇ ਬਸ ਆਪ ਪ੍ਰਭ ਕੀ ਹੈ ਕਹਿੰਦੇ ਤੂੰ ਨੌਕਰ ਤੋਂ ਮੰਗੀ ਜਾਨਾ ਮਾਲਕ ਤੋਂ ਮੰਗ ਕੁਛ ਤੇ ਮਾਲਕ ਦੇ ਕੋਲੇ ਤਾਂ ਨਾਮ ਆ ਸਤਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਬੜ ਭਾਗੀ ਹੈ ਤੇ ਜਦੋਂ ਨੌਕਰ ਤੋਂ ਮੰਗਿਆ ਤੇ ਫਿਰ ਮਹਾਰਾ ਕੀ ਕਹਿੰਦੇ ਅਕਾਲ ਪੁਰਖ ਜੀ ਨੂੰ ਠਾਕੁਰ ਵੀ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਆ ਜਦੋਂ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਪਾਠ ਹੋਣ ਤੋਂ ਬਾਅਦ ਅਰਦਾਸ ਲਈ ਉੱਠਦੇ ਆ ਤੇ ਉਦੋਂ ਕੀ ਕਹਿੰਦੇ ਆ ਤੂੰ ਠਾਕੁਰ ਤੁਮ ਪੇ ਅਰਦਾਸ ਜੀਉ ਪਿੰਡ ਸਾਹਿਬ ਤੇਰੀ ਰਾਸ ਮਾਤ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਪੜ੍ਹਦੇ ਆ ਕਿ ਨਹੀਂ ਇਸ ਕਰਕੇ ਮਹਾਰਾ ਗੁਰਬਾਣੀ ਦੱਸਦੇ ਨੇ ਕਹਿੰਦੇ ਠਾਕੁਰ ਛੋੜ ਦਾਸੀ ਕੋ ਸਿਮਰੇ ਕਹਿੰਦੇ ਅਕਾਲ ਪੁਰਖ ਨੂੰ ਠਾਕੁਰ ਨੂੰ ਛੱਡ ਕੇ ਤੂੰ ਦਾਸੀ ਨੌਕਰ ਨੂੰ ਸਿਮਰਦਾ ਹੈ ਦਾਸੀ ਕਿਹਨੂੰ ਕਹਿੰਦੇ ਜੀ ਨੌਕਰਾਣੀ ਨੂੰ ਨੌਕਰ ਨੂੰ ਤਾਲ ਨੌਕਰ ਦਾਕ ਠਾਕੁਰ ਛੋੜ ਦਾਸੀ ਕਿਉਂ ਸਿਮਰੇ ਮਨਮੁਖ ਅੰਧ ਅਗਿਆਨਾ ਹਰ ਕੀ ਭਗਤ ਕਰੇ ਤੇ ਨਿੰਦੇ ਨਗੁਰਾ ਪਸ਼ੂ ਸਮਾਨਾ ਕਹਿੰਦੇ ਤੂੰ ਤਾਂ ਨਿੰਦਿਆ ਕਰਦਾ ਤੂੰ ਤਾਂ ਪਸ਼ੂਆਂ ਦੇ ਸਮਾਨ ਹੈ ਕਹਿੰਦੇ ਸਮਾਨਾ ਜੀ ਪਸ਼ੂਆਂ ਦੇ ਸਮਾਨ ਤੇ ਮਨਮੁਖ ਮੱਥਾ ਟੇਕ ਕੇ ਤੇ ਚੱਲਦਾ ਬਣਿਆ ਅਗਲੇ ਦਿਨ ਫੇਰ ਉઠਿਆ ਨਹਾ ਧੋ ਕੇ ਫੇਰ ਆ ਗਿਆ ਫੇਰੋਂ ਵੀ ਕਿਦਾ ਖਾਂ ਬੰਦ ਕੀਤੀਆਂ ਲਿਸਟ ਕੱਢੀ ਆਹ ਹੋ ਜੇ ਆਹ ਹੋ ਜੇ ਆਹ ਹੋ ਜੇ ਕਈਆਂ ਦੀ ਲਿਸਟ ਬੜੀ ਲੰਬੀ ਹੁੰਦੀ ਦੂਜੇ ਨੂੰ ਮੌਕਾ ਹੀ ਨਹੀਂ ਦਿੰਦੇ ਮੱਥਾ ਟੇਕਣ ਜਦੋਂ ਸਾਰੇ ਮੱਥਾ ਟੇਕ ਲੈਣ ਉਦੋਂ ਮੱਥਾ ਟੇਕਣਾ ਚਾਹੀਦਾ ਜਦੋਂ ਅੱਗੋਂ ਸਾਰੇ ਜਾਣੇ ਟੇਕ ਲੈਣ ਉਦੋਂ ਵਾਰੀ ਮੁਤਾਬਕ ਮੱਥਾ ਟੇਕੋ ਮਹਾਰਾਜ ਨੂੰ ਤੋਂ ਕੱਲਾ ਹੀ ਕਿੰਨੀ ਦੇਰ ਅੱਗੇ ਖੜ ਜਾਂਦਾ ਤੇ ਉਹ ਤੁਹਾਡੇ ਮੇਰੇ ਅੱਗੇ ਪਿੱਛੇ ਵਿਚਾਰੇ ਖੜੇ ਰਹਿੰਦੇ ਨੇ ਵੀ ਕਰੋ ਟੇਕ ਮੱਥਾ ਬਾਸੇ ਵੀ ਮੈਂ ਆਪਦਾ ਬੇਨਤੀ ਕਰਾਂ ਰਿਕੁਐਸਟ ਕਰਾਂ ਮਾਲਕ ਨੂੰ ਅਗਲੇ ਦਿਨ ਜਦੋਂ ਆਇਆ ਤੇ ਮਾਰਾ ਕਹਿੰਦੇ ਹੈ ਕਿਡਾ ਬੇਵਕੂਫ ਕਹਿੰਦਾ ਖੜਾ ਮੇਰੇ ਕੋਲੇ ਆ ਖੜਾ ਮੇਰੇ ਕੋਲੇ ਆ ਤੇ ਹਾਜ਼ਰੀ ਨੌਕਰ ਕੋਲੇ ਹਾਜ਼ਰੀ ਕਿੱਥੇ ਲਵਾ ਰਿਹਾ ਨੌਕਰ ਕੋਲੇ ਉਹ ਫਿਰ ਉਦਾਹਰਣ ਦਿੱਤੀ ਕਹਿੰਦੇ ਜਿਵੇਂ ਬਗਲਾ ਭੁੱਖ ਲੱਗੀ ਬਗਲੇ ਨੂੰ ਉਹ ਪਾਣੀ ਚ ਉਤਰਿਆ ਤੇ ਉਹਨੇ ਆ ਸੋਚਿਆ ਵੀ ਕੋਈ ਡੱਡੀ ਮੱਛੀ ਕਿਵੇਂ ਆਊਗੀ ਜੇ ਤਾਂ ਮੇਰੇ ਦੋਨੇ ਪੈਰ ਪਾਣੀ 'ਚ ਖੜੇ ਦੇਖ ਲਏ ਨੇ ਤੇ ਇਹਨੇ ਆਉਣਾ ਨਹੀਂ ਮੇਰੇ ਰੇਂਜ 'ਚ ਉਹ ਬਗਲੇ ਨੇ ਨਾ ਠੱਗਾਂ ਵਾਲੀ ਦਿਸਤਰੀ ਬਣਾ ਲਈ ਇੱਕ ਟੰਗ ਚੱਕ ਲਈ ਤਾਂ ਜਦੋਂ ਇੱਕ ਟੰਗ ਦੇਹਾਂ ਚੱਕੀ ਡੱਡੀ ਮੱਛੀ ਨੇ ਕੀ ਸਮਝਿਆ ਵੀ ਇਹ ਤਾਂ ਬੂਟਾ ਖੜਾ ਕੋਈ ਛੋਟਾ ਜਿਹਾ ਪਾਣੀ ਦੇ ਵਿੱਚ ਉਹ ਵਿਚਾਰੀ ਭਲੇਖੇ ਦੇ ਵਿੱਚ ਇਹਦੀ ਰੇਂਜ 'ਚ ਆਈ ਇਹਦੀ ਸੁਰਤੀ ਕਿੱਧਰ ਸੀ ਡੱਡੀ ਮੱਛੀ 'ਚ ਖੜਾ ਸੀ ਐ ਸਮਾਦੀ ਲਈ ਟੰਗ ਚੱਕ ਕੇ ਇੱਕ ਲੱਤ ਚੱਕ ਕੇ ਜਦੋਂ ਰੇਂਜ ਚਾਈਏ ਨੇ ਚੈਪਟਲ ਲਈ ਕਹਿੰਦੇ ਆਪਾਂ ਵੀ ਐਂ ਕਰਦੇ ਆ ਠੱਗ ਦ੍ਰਿਸ਼ਟ ਠੱਗਾਂ ਵਾਲੀ ਨਿਗਾ ਬਣਾ ਲਈ ਮਹਾਰਾਜ ਦੀ ਬਾਣੀ ਤੇ ਆਜੀ ਠੱਗ ਦ੍ਰਿਸ਼ਟ ਬੱਗਾ ਲਿਵ ਲਾਗਾ ਬੱਗਾ ਮੈਨੂੰ ਬਗਲਾ ਅਗਲੇ ਦਿਨ ਫਿਰ ਚਲਾ ਗਿਆ ਨਾ ਤੋਕੇ ਫੇਰ ਉਹ ਵੀ ਮਹਾਰਾਜ ਕਹਿੰਦੇ ਤੂੰ ਸਮਝਦਾ ਕਿਉਂ ਨਹੀਂ ਤੂੰ ਵਿਚਾਰ ਕਰਕੇ ਸੇ ਨਾਲ ਇਕਾਥ ਕਹਾਣੀ ਸੁਣ ਫਿਰ ਦਿਨੂ ਭੇਤ ਆਵੇ ਅਗਲੇ ਦਿਨ ਜਦੋਂ ਫਿਰ ਗਿਆ ਤੇ ਫਿਰ ਵੱਡੀ ਝੜਕ ਪਈ ਫਿਰ ਮਾਲਕ ਹੀ ਕਹਿੰਦੇ ਕਹਿੰਦੇ ਮੂਰਖਾ ਅੰਨਿਆ ਮੂਰਖ ਵੀ ਕਿਹਾ ਤੇ ਅੰਨਾ ਵੀ ਕਿਹਾ ਕਹਿੰਦੇ ਮੂਰਖ ਅੰਦੇ ਤ੍ਰੈ ਗੁਣ ਸੇਵੇ ਮਾਇਆ ਕੇ ਵਿਹਾਰੀ ਅੰਦਰ ਕਪਟ ਉਧਰ ਭਰਨੇ ਕੇ ਤਾਂ ਹੀ ਪਾਠ ਪੜੇ ਕੁਵਾਰੀ ਉਧਰ ਪੇਟ ਨੂੰ ਭਰਨ ਤਾਂ ਹੀ ਰੋਟੀ ਪਾਣੀ ਤੱਕ ਬਸ ਸਿਰਫ ਤੂੰ ਝੂਠ ਬੋਲੀ ਜਾਂਦਾ ਲੋਕਾਂ ਨੂੰ ਗਮਰਾਹ ਕਰਦਾ ਪਿਆ ਮਨ ਵਿੱਚ ਠਗੀਆਂ ਉਹ ਤੋਂ ਵਿਖਾਵਾ ਕਰਦਾ ਪਿਆ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਆਪਾਂ ਨੂੰ ਦੱਸਿਆ ਗਿਆ ਕਹਿੰਦੇ ਵੇਖਿਓ ਕਿਤੇ ਭੁੱਲ ਕੇ ਵੀ ਚਿਤਰਾਈ ਨਾ ਕਰਿਓ ਕਿਸੇ ਦੇ ਨਾਲ ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ ਤੇ ਉਹ ਚਿਤਰਾਈ ਕਿੱਥੋਂ ਝਲਕਦੀ ਆ ਅੱਖਾਂ ਤੋਂ ਕਿੱਥੋਂ ਝਲਕਦੀ ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਬੰਦਾ ਬੜਾ ਚਤਰਾ ਹੈ ਅੱਖੇ ਦੱਸਦੀ ਹੈ ਵੀ ਕਿੰਨੀ ਸਾਊਜੀ ਅੱਖਾਂ ਨਮਾਣੀ ਦੀ ਹੈ ਅੱਖ ਤੋਂ ਹੀ ਕਾਮ ਝਲਕਦਾ ਹੈ ਅੱਖ ਤੋਂ ਹੀ ਕਰੋਧ ਝਲਕਦਾ ਹੈ ਅੱਖ ਤੋਂ ਹੀ ਲੋਭ ਝਲਦਾ ਹੈ ਮੋਹ ਹੰਕਾਰ ਸਾਰਾ ਕਿੱਥੋਂ ਚਮਕਦਾ ਝਲਕਦਾ ਅੱਖਾਂ ਤੋਂ ਅੱਖਾਂ ਦੇ ਵਿੱਚ ਮਾਲਕ ਵੀ ਆਉਂਦਾ ਹੈ ਕੌਣ ਆਉਂਦਾ ਹੈ ਤੇ ਜਦੋਂ ਮਾਲਕ ਆਉਂਦਾ ਨਾ ਨੇਤਰਾਂ ਦੇ ਵਿੱਚ ਤੇ ਫਿਰ ਇਹ ਰਸਨਾ ਤੇ ਉਹ ਆਪ ਬੋਲਦਾ ਰਸਨਾ ਤੇ ਅਕਾਲਪੁਰ ਖਾਪ ਬੋਲਦੇ ਨੇ ਮਹਾਰਾਜੀ ਦੀ ਬਾਣੀ ਚ ਆਪਾਂ ਪੜ੍ਹਦੇ ਸੁਣਦੇ ਹੁਣ ਗਰਮੋ ਪਿਆਰਿਓ ਇਹ ਜਿਹੜਾ ਖੇਡ ਹੈ ਇਹ ਕਿਉਂ ਨਹੀਂ ਸਮਝ ਆਉਂਦਾ ਆਪਾਂ ਨੂੰ ਗੁਰਬਾਣੀ ਦੀ ਕਿਉਂ ਨਹੀਂ ਸਮਝ ਲੱਗਦੀ ਇਸ ਲਈ ਨਹੀਂ ਲੱਗਦੀ ਕਿਉਂਕਿ ਗੁਰਬਾਣੀ ਗੁਰੂ ਚੌਥੇ ਪਾਦੀ ਗੱਲ ਕਰਦੇ ਆ ਕਿੱਥੋਂ ਦੀ ਗੱਲ ਕਰਦੇ ਜੀ ਚੌਥਾ ਪੱਧ ਕੀ ਆ ਅਕਾਲ ਪੁਰਖ ਸੱਚ ਦੀ ਗੱਲ ਚੱਲਦੀ ਆਮ ਇਨਸਾਨ ਜਿਹੜਾ ਹੈ ਉਹ ਤ੍ਰੈਗੁਣਾਂ ਦੇ ਵਿੱਚ ਖੇਡਦਾ ਤੇ ਤ੍ਰੈਗੁਣ ਵੀ ਮਾਲਕ ਨੇ ਬਣਾਏ ਆ ਤ੍ਰੈਗੁਣ ਕਿੰਨੇ ਬਣਾਏ ਜੀ ਮਾਲਕ ਨੇ ਬਣਾਏ ਬਣਾ ਕੇ ਸਾਰਾ ਇੱਕ ਫੈਮਿਲੀ ਤਿਆਰ ਕਰਕੇ ਆਪ ਦੀ ਮਨ ਆਤਮਾ ਧਰਮ ਰਾਏ ਚਿਤ ਗੁਜਾਮ ਕਾਲ ਕਾਮਕਰੋ ਲੋਮੰਕਰ ਤਿਆਰ ਕਰਕੇ ਇਹ ਆ ਦੇਖਨੇ ਇਹ ਕੀ ਨੇ ਜੀ ਹੈਗੇ ਨੇ ਕਾਮਕਰੋ ਲੋਮੰਕਰ ਹੈ ਨਹੀਂ ਦਿਖਦੇ ਆ ਜੀ ਨਹੀਂ ਨਾ ਮਹਿਸੂਸ ਹੁੰਦੇ ਆ ਹੁੰਦੇ ਕਿ ਨਹੀਂ ਮਹਿਸੂਸ ਜੀ ਇਹਨਾਂ ਮਲਕੀ ਜੇ ਮਹਿਸੂਸ ਹੁੰਦੇ ਤੇ ਹੈਗੇ ਏਸੇ ਤਰ੍ਹਾਂ ਇਹ ਫੈਮਿਲੀ ਹੈ ਮਾਲਕ ਦੀ ਕੀ ਆਦੀ ਇਹ ਪਰਿਵਾਰ ਹੈ ਮਾਲਕ ਦਾ ਇਹਨਾਂ ਦੀ ਲੱਗ ਲੱਗ ਡਿਊਟੀ ਲੱਗੀ ਹੈ ਇਹਨਾਂ ਦੇ ਵਿੱਚ ਸਾਡਾ ਮਨ ਵੀ ਹੈ ਉਹ ਵੀ ਉਸ ਫੈਮਿਲੀ ਦਾ ਮੈਂਬਰ ਹੈ ਤੇ ਹੁਣ ਮਾਲਕ ਦੇਖਦਾ ਹੈ ਕਿ ਮੇਰੇ ਬੱਚੇ ਵਿਚਾਰ ਨਹੀਂ ਕਰਦੇ ਮੇਰੇ ਬੱਚੇ ਵਿਚਾਰ ਨਹੀਂ ਕਰਦੇ ਮੇਰੀ ਗੱਲ ਕਦੀ ਕਰਦੇ ਹੀ ਨਹੀਂ ਉਹ ਕਹਿੰਦੇ ਲੋਕਾਂ ਦੀਆਂ ਗੱਲਾਂ ਕਰਦੇ ਆ ਉਹ ਭਲਾਣਾ ਚੰਗਾ ਭਲਾਣਾ ਮਾੜਾ ਇਹਨੀਆਂ ਗੱਲਾਂ ਕਰਕੇ ਗੁਰਦੁਆਰਾ ਸਾਹਿਬ ਵਿੱਚ ਆ ਕੇ ਵੀ ਨਹੀਂ ਹਟਦੇ ਸੱਤਰ ਤੇ ਬੈਠਦੇ ਨੇ ਆ ਕੇ ਉੱਥੇ ਵੀ ਨਹੀਂ ਹਟਦੇ ਕਿਸੇ ਦੇ ਅਫਸੋਸ ਤੇ ਜਾਂਦੇ ਨੇ ਜਿਹੜੇ-ਜਿਹੜੇ ਕੰਮ ਨਾਲ ਜੁੜੇ ਹੁੰਦੇ ਨੇ ਉਹ ਕੰਮਾਂ ਦੀਆਂ ਗੱਲਾਂ ਕਰਦੇ ਆ ਜੇ ਕੋਈ ਨੌਕਰੀ ਕਰਦਾ ਉਹ ਨੌਕਰੀ ਵਾਲਾ ਨੌਕਰੀ ਵਾਲੇ ਨਾਲ ਗੱਲਾਂ ਕਰਦਾ ਤਨਖਾਹ ਵਧ ਗਈ ਕਿ ਨਹੀਂ ਵਧ ਗਈ ਡੀਏਟੀਏ ਕੀ ਕਹਿੰਦੇ ਆਂਦੇ ਉਹਨੂੰ ਵਧ ਗਿਆ ਕਿ ਨਹੀਂ ਵਧ ਗਿਆ ਉਦੋਂ 70 ਤੇ ਬੈਠੇ ਹੁੰਦੇ ਅਫਸੋਸ ਕਰਨ ਆਏ ਹੁੰਦੇ ਕਾਦਾ ਅਫਸੋਸ ਕਰਨਾ ਹੈ ਖੇਤੀਬਾੜੀ ਵਾਲਾ ਖੇਤੀਬਾੜੀ ਦੀਆਂ ਗੱਲਾਂ ਕਰਦਾ ਕਿਵੇਂ ਰਿਆ ਝਾੜ ਘੰਟਾ ਲਾਇਆ ਚਲਦੇ ਬਣੇ ਕੀ ਅਫਸੋਸ ਕੀਤਾ ਜਿਸਤਾਂ ਲੱਗੀਆਂ ਸੋਈ ਜਾਣੇ ਕੌਣ ਜਾਣੇ ਪੀਰ ਪਰਾਈ ਜਿੰਨਾ ਦਾ ਗਿਆ ਹੁੰਦਾ ਨਾ ਉਹਨੂੰ ਪਤਾ ਹੁੰਦਾ ਦੁੱਖ ਤਾਂ ਉਹਨੂੰ ਹੁੰਦਾ ਹੈ ਦੂਸਰੇ ਲਈ ਤਾਂ ਹੱਸ ਹੁੰਦਾ ਤੇ ਜੇ ਦੂਸਰਾ ਰੋਊਗਾ ਵੀ ਨਾ ਆਪਦੇ ਨੂੰ ਰੋਊਗਾ ਕਿਉਂਕਿ ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਗਿਆ ਹੋਇਆ ਤੇ ਕਦੀ ਵੀ ਮਾਲਕ ਦੀ ਗੱਲ ਕੀਤੀ ਉੱਥੇ ਬਹਿ ਕੇ ਕਦੀ ਕਿਸੇ ਨੇ ਦੱਸਿਆ ਵੀ ਤੁਸੀਂ ਪੁੱਛਿਆ ਜਾ ਕੇ ਵੀ ਤੁਹਾਡਾ ਜਿਹੜਾ ਆਇਆ ਸੀਗਾ ਇਹ ਹੁਣ ਚਲਾ ਗਿਆ ਇਹ ਕਿੱਥੇ ਗਿਆ ਤਾਨੂੰ ਪਤਾ ਲੱਗਿਆ ਤੁਸੀਂ ਪਿੱਛਾ ਕੀਤਾ ਕਿੱਥੇ ਗਿਆ ਪਤਾ ਹੀ ਨਹੀਂ ਪਿੱਛਾ ਕਿਵੇਂ ਕਰਨਾ ਰਾਤ ਨੂੰ ਸੌਣ ਲੱਗਿਆ પતિ ਪਤਨੀ ਇਕੱਠੇ ਪੈਂਦੇ ਆ ਬੱਚੇ ਇਕੱਠੇ ਪੈਂਦੇ ਆ ਇੱਕ ਪਹਿਲਾਂ ਸੌ ਗਿਆ ਦੂਜੇ ਨੇ ਪਿੱਛਾ ਕੀਤਾ ਕਿੱਥੇ ਗਿਆ ਇਹ ਕੀਤਾ ਕਦੀ ਪਿੱਛਾ ਜੀ ਕਦੀ ਨਹੀਂ ਕੀਤਾ ਕਦੀ ਸੁਪਨੇ ਚ ਮਿਲੇ ਕਦੀ ਨਹੀਂ ਮਿਲੇ ਕਿਉਂਕਿ ਪਿਆਰ ਹੀ ਨਹੀਂ ਇੱਥੋਂ ਦਾ ਪਿਆਰ ਹੈ ਇੱਥੋਂ ਤੱਕ ਜੇ ਇਸ ਪਿਆਰ ਨੂੰ ਅੱਗੇ ਲੈ ਜਾਣਾ ਚਾਹੁੰਦੇ ਹੋ ਇੱਕਠੇ ਬੈਠ ਕੇ ਜੋੜੀ ਬਣ ਕੇ ਸਿਮਰਨ ਕਰੋ। ਦੇਸ ਰਸਤੇ ਨੂੰ ਅੱਗੇ ਲੈ ਜਾਣਾ ਚਾਹੁੰਦੇ ਹੋ ਕੀ ਬਣੋ ਜੋੜੀ ਬਣੋ। ਇੱਕ ਕਹੇ ਵਾਹ ਦੂਜਾ ਕਹੇ ਗੁਰੂ ਵਾਹ ਗੁਰੂ ਵਾਹ ਗੁਰੂ ਧਿਆਨ ਟੁੱਟ ਜੇ ਹਾਂ ਕਿਵੇਂ ਕਹ ਦੂ ਕੋਈ ਵੀ ਮੇਰਾ ਮਨ ਨਹੀਂ ਲੱਗਦਾ। ਲੱਗੇਗਾ ਮਨ ਪਰ ਜੇ ਕਰੇਗਾ ਕੋਈ। ਮਹਾਰਾਜ ਦੀ ਬਾਣੀ ਝੂਠ ਨਹੀਂ ਬੋਲਦੀ। ਹੋਏ ਅਕਤਰ ਮੇਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਇ ਹਰਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਕੌਣ ਬੈਂਦਾ ਸਫਾ ਵਿਛਾ ਕੇ ਕੋਈ ਪਹਿਲਾਂ ਆ ਕੇ ਕਮਰੇ ਚ ਵੜ ਜਾਂਦਾ ਕੋਈ ਅੱਧੇ ਘੰਟੇ ਬਾਅਦ ਆ ਜਾਂਦਾ ਬੱਚਾ ਆਇਆ ਉਹ ਆਪਦੇ ਕਮਰੇ ਚ ਵੜ ਗਿਆ ਬੇਟੀ ਆਈ ਉਹ ਕਮਰੇ ਚ ਵੜ ਗਈ ਪਿਤਾ ਆਇਆ ਉਹ ਵੜ ਗਿਆ ਸਾਰੇ ਜਣੇ ਆਪੋ ਆਪਣੇ ਕਦੇ ਬੈਠੇ ਇਕੱਠੇ ਹੋ ਕੇ ਕਦੀ ਵਿਚਾਰਿਆ ਤੇ ਮਹਾਰਾਜ ਤਾਂ ਕਹਿੰਦੇ ਵੀ ਇਕੱਠੇ ਹੋਵੋ ਰੋਜ਼ ਰੋਜ਼ ਮਾਲਕ ਦਾ ਸਿਮਰਨ ਕਰੋ ਜਦੋਂ ਸਵੇਰੇ ਉੱਠਦੇ ਆਂ ਕਦੀ ਉੱਠ ਕੇ ਫਤੇ ਬੁਲਾਈ ਕਰਦੇ ਮੈਂਬਰਾਂ ਨੂੰ ਨਹੀਂ ਬੁਲਾਈ ਉਠਣ ਅਨਸਾਰ ਜਿਹੜਾ ਮੈਂਬਰ ਪਹਿਲਾਂ ਉੱਠਿਆ ਤੇ ਜਦੋਂ ਦੂਸਰਾ ਉੱਠਿਆ ਜਾਂ ਪਹਿਲਾ ਜਾਂ ਦੂਸਰਾ ਫਤੇ ਬੁਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਂ ਉઠી ਤੀ ਉੱਠੀ ਪੁੱਤ ਉੱਠਿਆ ਘਰ ਵਾਲੀ ਕੋਈ ਵੀ ਪ੍ਰਾਠਿਆ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਥੇ ਫਤੇ ਕਿਉਂ ਬਣਾਉਣੀ ਆ ਇਸ ਲਈ ਬੁਲਾਉਣੀ ਆ ਕਿ ਰਾਤ ਵਿਛੜ ਗਏ ਸੀ ਰਾਤ ਵਿਛੜ ਗਏ ਸੀ ਮਾਲਕ ਨੇ ਫਿਰ ਧੰਨ ਦਿੱਤਾ ਸਵਾਸਾਂ ਦਾ ਆਪਾਂ ਫਿਰ ਮਿਲ ਗਏ ਵਾਹਿਗੁਰੂ ਦੀ ਕਾ ਖਾਲਸਾ ਐਸ ਲਈ ਫਤੇ ਬੁਲਾਉਣੀ ਤੇ ਰਾਤ ਨੂੰ ਤੁਸੀਂ ਜਾਣਾ ਸ੍ਰੀ ਛੱਡ ਕੇ ਰਾਤ ਨੂੰ ਜਾਣਾ ਸ੍ਰੀ ਛੱਡ ਕੇ ਉਦੋਂ ਵੀ ਫਤੇ ਬੁਲਾ ਕੇ ਜਾਣਾ ਉਦੋਂ ਵੀ ਫਤੇ ਬੁਲਾ ਕੇ ਜਾਣਾ ਵੀ ਪਤਾ ਨਹੀਂ ਸਵੇਰ ਨੂੰ ਮਿਲਣਾ ਕਿ ਨਹੀਂ ਮਿਲਣਾ ਇਸ ਕਰਕੇ ਕਹਿਣਾ ਅੱਛਾ ਗੁਰਮੁਖੋ ਤੁਸੀਂ ਵੀ ਚੱਲੋ ਮੈਂ ਵੀ ਚੱਲਦਾ ਕਿੱਥੇ ਘਰੇ ਕਿੱਥੇ ਜੀ ਕਿਹੜੇ ਘਰੇ ਥਿਰ ਘਰ ਨਦੀ ਘਰ ਸੱਚਖੰਡ ਮੈਂ ਚੱਲਿਆ ਤੁਸੀਂ ਵੀ ਆ ਜਿਓ ਹੁਣ ਮੰਨ ਲਓ ਵੀ ਮਰਦ ਪਹਿਲਾਂ ਪੈਣ ਲੱਗਾ ਕਿਉਂਕਿ ਧੀਆਂ ਨੇ ਕੰਮ ਕਰਨਾ ਹੁੰਦਾ ਬੀਬੀਆਂ ਨੇ ਸੋਈ ਦੇ ਵਿੱਚ ਸਭਾਈ ਕਰਨੀ ਨੇ ਬਰਤਨ ਸਾਫ ਕਰਨ ਦੇ ਉਹ ਥੋੜੀ ਦੇਰ ਬਾਅਦ ਜਾਂਦੀਆਂ ਨੇ ਤੇ ਉਹ ਪਹਿਲਾਂ ਹੀ ਮਰਦ ਫਤੇ ਬੁਲਾ ਦੇ ਅੱਛਾ ਜੀ ਮੈਂ ਚੱਲਦਾ ਤੁਸੀਂ ਕੰਮ ਤੰਦਨਵੇਂੜ ਕੇ ਤੁਸੀਂ ਵੀ ਆ ਜਾਓ ਤੁਸੀਂ ਵੀ ਆ ਜਾਓ ਅੱਛਾ ਜੀ ਬਾਈ ਖਾਲਸਾ ਉਹ ਗਏ ਸਿਮਨ ਕੀਤਾ ਉਹਨਾਂ ਨੇ ਆਪਣਾ ਅੰਦਰ ਗੱਦ ਹੋਏ ਸ਼ਬਦ ਨੂੰ ਪਕੜਿਆ ਤੇ ਗਏ ਇਹ ਪ੍ਰੈਕਟੀਕਲ ਗੱਲਾਂ ਨੇ ਮਹਾਰਾਜ ਦੀ ਬਾਣੀ ਕਹਿੰਦੀ ਪ੍ਰੈਕਟੀਕਲ ਕਰੋ ਪ੍ਰੈਕਟੀਕਲ ਕੋਈ ਕਰਦਾ ਨਹੀਂ ਜਿੰਨੀ देर ਪ੍ਰੈਕਟੀਕਲ ਕਰਕੇ ਅਸੀਂ ਰੱਬ ਨੂੰ ਮਿਲ ਨਹੀਂ ਲੈਂਦੇ ਓਨੀ ਦੇਰ ਦੁੱਖ ਹੀ ਦੁੱਖ ਕੀ ਹੈ ਜੀ ਦੁੱਖ ਹੀ ਦੁੱਖ ਦੁੱਖਾਂ ਦੇ ਵਿੱਚ ਕਦੀ ਜੰਮ ਪਾਵਾਂਗੇ ਕਦੀ ਸਰੀਰ ਛੱਡ ਜਾਵਾਂਗੇ ਕਦੀ ਫੇਰ ਪੈਦਾ ਹੋ ਜਾਵਾਂਗੇ ਕਦੀ ਫੇਰ ਸਰੀਰ 'ਚ ਮਰ ਜਾਾਂਗੇ ਸਰੀਰ ਛੱਡ ਜਾਾਂਗੇ ਹੈ ਜੀ ਐਂ ਹੀ ਘੁੰਮੀ ਜਾਂਦੇ ਕੈਸਾ ਖੇਡ ਤਿਆਰ ਕੀਤਾ ਮਾਲਕ ਨੇ ਕੀ ਕਹਿੰਦੇ ਮਹਾਰਾਜ ਗੁਰਬਾਣੀ ਦੇ ਵਿੱਚ ਕਹਿੰਦੇ ਤ੍ਰੈਗੁਣ ਮਾਇਆ ਤ੍ਰੈਗੁਣ ਤ੍ਰੈ ਗੁਣ ਸਮਝਦੇ ਕਿਹਨੂੰ ਕਹਿੰਦੇ ਆ ਰਜੋ ਗੁਣ ਤਮੋ ਗੁਣ ਸਤੋ ਗੁਣ ਤੇ ਇਹ ਕੀ ਨੇ ਇਹ ਵਿਚਾਰ ਨੇ ਰਜੋ ਗੁਣ ਦੇ ਵਿੱਚ ਵਿਚਾਰ ਕਿਸ ਤਰ੍ਹਾਂ ਦੇ ਸਾਡਾ ਮਨ ਕਿਸ ਤਰ੍ਹਾਂ ਦੇ ਵਿਚਾਰਾਂ 'ਚ ਜਾਂਦਾ ਹੈ ਆਸ਼ਾ ਅਭਲਾਸ਼ਾ ਤ੍ਰਿਸ਼ਨਾ ਕਾਰਗ੍ਰਸਟ ਫਿਕਰ ਸੈਸੀ ਇਸ ਤਰ੍ਹਾਂ ਦੇ ਵਿਚਾਰਾਂ 'ਚ ਜਾਂਦਾ ਤਮੋ ਗੁਣ ਦੇ ਵਿੱਚ ਕਿਸ ਤਰ੍ਹਾਂ ਦੇ ਵਿਚਾਰਾਂ 'ਚ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀ 'ਚ ਜਾਂਦਾ ਸਤੋਗੁਣ ਵਿੱਚ ਕਿਸ ਤਰ੍ਹਾਂ ਦੇ ਵਿਚਾਰਾਂ ਚ ਜਾਂਦਾ ਸਬਰ ਸੰਤੋਖ ਸ਼ੈਨਸੀਲਤਾ ਜਜਸਾ ਨਿਮਰਤਾ ਦਿਆ ਇਹ ਤਿੰਨ ਗੁਣ ਨੇ ਇਹਨਾਂ ਤਿੰਨਾਂ ਗੁਣਾ ਦੇ ਵਿੱਚ ਸਾਰੇ ਵਰਲਡ ਦੇ ਉੱਤੇ ਜਿੰਨੇ ਮਨ ਆਏ ਹੋਏ ਸਾਰੇ ਸੁੱਤੇ ਪਏ ਜਾਂ ਇਹਨਾਂ ਤਿੰਨਾਂ ਗੁਣਾ ਦੇ ਵਿੱਚ ਸੰਸਾਰ ਦੇ ਸਾਰੇ ਮਨ ਸੁੱਤੇ ਆ ਤੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿੰਦੇ ਉਹ ਮਨ ਜਾਗਣਗੇ ਜਿਨ੍ਹਾਂ ਦੇ ਮਨ ਵਿੱਚ ਹਰੀ ਵਸੇਗਾ ਹਰ ਮਨ ਵਸਿਆ ਹਰੀ ਵਸਿਆ ਉਹ ਮਨ ਜਾਗਣਗੇ ਤੇ ਬਾਕੀ ਤਾਂ ਸੁੱਤੇ ਹੀ ਪਏ ਆ ਤੇ ਹੁਣ ਮਹਾਰਾਜ ਕੀ ਕਹਿੰਦੇ ਨੇ ਕਹਿੰਦੇ ਤ੍ਰੈ ਗੁਣ ਮਾਇਆ ਬ੍ਰਹਮ ਕੀ ਕਿੰਨੀ ਕਹੋ ਕਵਣ ਬਿਦ ਤਰੀਏ ਰੇ ਘੁੰਮਣ ਕੇਰ ਇਹ ਘੁੰਮਣ ਕੇਰੀ ਹੈ ਘੁੰਮਣ ਕੇਰ ਘੁੰਮਣ ਕੇਰੀ ਜਦੋਂ ਡੂੰਘੇ ਪਾਣੀ ਤੇ ਵਿੱਚ ਆਪਾਂ ਦੇਖਦੇ ਨਾ ਦੂਰੋਂ ਕਿਵੇਂ ਪਾਣੀ ਕਰਦਾ ਹੁੰਦਾ ਐ ਗੋਲ ਬਣ ਕੇ ਥੱਲੇ ਨੂੰ ਬਣਿਆ ਉਹਦੇ ਵਿੱਚ ਕੋਈ ਫਸ ਜੇ ਨਾ ਉਹ ਬੰਦਾ ਨਿਕਲ ਨਹੀਂ ਸਕਦਾ ਘੁੰਮਣ ਘੇਰ ਅਗਾਗ ਆਖਰੀ ਗੁਰਸ਼ਬਦੀ ਪਾਰ ਉਤਰੀਏ ਰੇ ਕਹਿੰਦੇ ਘੁੰਮਣ ਘੇਰੀ ਚ ਫਸ ਗਏ ਹੂੰ ਗੁਰੂ ਦੇ ਸ਼ਬਦ ਦੁਆਰਾ ਪਾਰ ਹੋ ਜੋ ਮਹਾਰਾਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਆਂ ਵੀ ਉਹ ਕਿਵੇਂ ਆਪਾਂ ਭਵ ਸਾਗਰ ਨੂੰ ਪਾਰ ਕਰਨਾ ਹੈ ਪਵਜਲ ਬਖਮਸਗਾ ਗੁਰਸ਼ਬਦੀ ਪਾਰ ਪਾਏ ਇਹ ਭਵ ਸਾਗਰ ਕਾਹਦਾ ਹੈ ਬਾਰ 바ਵ ਸਾਗਰ ਸਮੁੰਦਰ ਨੂੰ ਕਹਿੰਦੇ ਨੇ ਉਹਦੇ ਵਿੱਚ ਕੀ ਚੱਲਦਾ ਪਾਣੀ ਇਧਰ 바ਵ ਸਾਗਰ ਵਿੱਚ ਕੀ ਚੱਲਦਾ ਵਿਚਾਰ ਫੁਰਨੇ ਖਿਆਲ ਉਹ ਨੋ ਦੇਣਾ ਉਹ ਕਰਨਾ ਕੀ ਬਣੇਗਾ ਕੀ ਹੋਰਾਂਗੇ ਹਨ ਵਿਚਾਰਾਂ ਦੇ ਵਿੱਚ ਫਿਕਰਾਂ ਦੇ ਵਿੱਚ ਸੈنسਿਆਂ ਦੇ ਵਿੱਚ ਟੈਨਸ਼ਨਾਂ ਦੇ ਵਿੱਚ ਇਹ ਆ 바ਵ ਸਾਗਰ 바ਵ ਸਾਗਰ ਡਰਾਉਣਾ ਕਦੋਂ ਬਣਦਾ ਜਦੋਂ ਛੱਲਾਂ ਵੱਜਦੀਆਂ ਨੇ ਜਦੋਂ ਛੱਲਾਂ ਵੱਜੇ ਉਦੋਂ ਡਰਣ ਬਣ ਤੇ ਇਧਰ ਛੱਲਾਂ ਕਦੋਂ ਵੱਜਦੀਆਂ ਨੇ ਜਦੋਂ ਰਜੋਗੁਣੀ ਤਮੋਗੁਣੀ ਸਤੋਗੁਣੀ ਤਿੰਨੇ ਤਰ੍ਹਾਂ ਦੇ ਵਿਚਾਰ ਇਕੱਠੇ ਹੋ ਗਏ ਮਨ ਨੂੰ ਸੁੱਧ ਬੋਧੀ ਨਹੀਂ ਰਹਿਣ ਦਿੰਦੇ ਉਦੋਂ ਸਮਲੋ ਭਵ ਸਾਗਰ ਉਛਲ ਰਿਹਾ ਹੈ ਸਮੁੰਦਰ ਉਛਲ ਰਿਹਾ ਹੈ ਡਰਾਉਣਾ ਬਣ ਜਾਂਦਾ ਤੇ ਡਰਾਉਣਾ ਕਦੋਂ ਬੰਦ ਆਂਤਮ ਸਮੇਂ ਕਦੋਂ ਬੰਦ ਆਈ ਆਂਤਮ ਸਮੇਂ ਕਾਲ ਕੋਈ ਸਾਧਨ ਨਹੀਂ ਛੱਡਦਾ ਨਾ ਬੇੜੀ ਛੱਡਦਾ ਸਾਡੇ ਕੋਲੇ ਨਾ ਚੱਪੂ ਛੱਡਦਾ ਸਾਡੇ ਕੋਲੇ ਨਾ ਕੋਈ ਵੰਝ ਛੱਡਦਾ ਸਾਡੇ ਕੋਲੇ ਕੋਈ ਸਾਧਨ ਨਹੀਂ ਛੱਡਦਾ ਵੀ ਇਹ ਨਿਕਲ ਜੇ ਇਸ ਕਰਕੇ ਉਹ ਕਹਿੰਦੇ ਪਹਿਲਾਂ ਸਰੀਰ ਵਿੱਚ ਰਹਿੰਦਿਆਂ ਹੈ ਤੁਸੀਂ ਬਾਹਰ ਨਿਕਲਣਾ ਪਵਸਾਗਰ ਨੂੰ ਪਾਰ ਕਰਨਾ ਸਿੱਖ ਲੋ ਪਵਜਲ ਗੁਰਸ਼ਬਦੀ ਪਾਰ ਹੁਣ ਕੀ ਕਹਿੰਦੇ ਮਹਾਰਾ ਗੁਰਬਾਣੀ ਵਿੱਚ ਕਿਸ ਤਰ੍ਹਾਂ ਦਾ ਅੰਤਮ ਸਮੇਂ ਹੋ ਜਾਂਦਾ ਕਹਿੰਦੇ ਪਵਜਲ ਵਿਖਮ ਡਰਾਵਨੋ ਪਵਜਲ ਵਿਖਮ ਵਿਖਮ ਮਲ ਕੀ ਬਹੁਤ ਹੀ ਖਤਰਨਾਕ ਪਵਜਲ ਵਿਖਮ ਡਰਾਵਨੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲਹਾ ਨਾ ਤੇ ਸਵੰਝ ਮਲਾਰ ਕੋਈ ਸਾਧਨ ਨਹੀਂ ਤੇ ਜੇ ਇਹ ਸਾਧਨ ਨਾ ਹੋਇਆ ਤੇ ਫਿਰ ਡੁੱਬਾਂਗੇ ਫਿਰ ਗੋਤੇ ਖਾਵਾਂਗੇ ਕਦੀ ਅੰਦਰ ਪਾਣੀ ਦੇ ਕਦੀ ਬਾਹਰ ਕਦੀ ਅੰਦਰ ਉਤੋਂ ਫਿਰ ਭੈ ਡਰ ਤੇ ਮਹਾਰਾ ਕਹਿੰਦੇ ਤੁਸੀਂ ਪਹਿਲਾਂ ਹੀ ਪਹਿਲਾਂ ਹੀ ਸਰੀਰ ਵਿੱਚ ਰਹਿੰਦਿਆਂ ਹੀ ਪਹਿਲਾਂ ਤਾਂ ਆਪਦਾ ਕੀਮਤੀ ਸਮਾਨ ਚੱਕੋ ਜਦੋਂ ਤੁਹਾਨੂੰ ਪਤਾ ਬੰਨ ਟੁੱਟੇਗਾ ਕੀ ਹੋਇਆਗਾ ਜੀ ਬੰਨ ਟੁੱਟੇਗਾ ਤੇ ਘਰ ਨੂੰ ਰੇਡ ਕੇ ਲੈ ਜਾਏਗਾ ਦੇਖੇ ਨਾ ਆਪਾਂ ਪੰਜਾਬ ਚ ਬੰਨ ਟੁੱਟਦਾ ਪਸ਼ੂਆਂ ਨੂੰ ਵੀ ਰੇਡ ਕੇ ਲੈ ਜਾਂਦਾ ਸਮਾਨ ਵੀ ਰੇਡ ਕੇ ਲੈ ਜਾਂਦਾ ਆ ਜਿਹੜੇ ਅੱਖਾਂ ਦੇ ਕਾਨਿਆਂ ਦੇ ਘਰ ਪਾਏ ਨੇ ਵੀ ਉੱਤਰ ਹੀ ਜਾਂਦੇ ਹੁੰਦੇ ਉੱਤੇ ਉਹ ਨਿਕਲ ਜਾਂਦੇ ਦੂਰ ਕਹਿੰਦੇ ਜਿਹੜਾ ਸਿਆਣਾ ਬੰਦਾ ਨਾ ਉਹਨੂੰ ਪਤਾ ਵੀ ਪਾਣੀ ਐ ਤਾਂ ਤੱਕ ਆ ਰਿਹਾ ਐ ਵੀ ਮੈਂ ਪਹਿਲਾਂ ਦਾ ਆਪਦੇ ਘਰ ਚੋਂ ਕੀਮਤੀ ਸਮਾਨ ਚੱਕ ਲਾਂ ਫੇਰ ਮੈਂ ਫਟਾਫਟ ਆਪਦੇ ਪਰਿਵਾਰ ਨੂੰ ਲੈ ਕੇ ਉੱਚੀ ਜਗ੍ਹਾ ਤੇ ਚਲਾ ਜਾਵਾਂ ਮੈਂ ਬਚਾ ਕਰ ਲਾਂ ਸਾਰਿਆਂ ਨੂੰ ਉਹਨੇ ਫਿਕਰ ਕੀਤਾ ਉਹ ਤਾਂ ਲੈ ਗਿਆ ਜੀ ਸਿੱ ਕੀਮਤੀ ਸਮਾਨ ਕੱਢ ਕੇ ਤੇ ਆਪਦਾ ਮੇਨ ਮੇਨ ਚੀਜ਼ਾਂ ਮੱਝਾਂ ਵੀ ਲੈ ਗਿਆ ਸਾਰਾ ਕੁਝ ਲੈ ਕੇ ਉੱਚੀ ਜਗ੍ਹਾ ਤੇ ਚਲਾ ਗਿਆ ਇਹ ਕਨੇ ਫਿਕਰ ਨਹੀਂ ਕੀਤਾ ਉਹ ਕਹਿੰਦਾ ਕੋਈ ਨਹੀਂ ਹੈਗਾ ਸਮਾਂ ਜੀ ਐਂ ਕਹਿੰਦੇ ਨਾ ਕੋਈ ਨਹੀਂ ਜੱਪ ਲਾਂਗੇ ਅਜੇ ਕਿਹੜਾ ਮਰ ਚੱਲੇ ਆਂ ਅਹੀਂ ਕਹਨੇ ਨਾ ਕੋਈ ਨਹੀਂ ਜੱਪ ਲਾਂਗੇ ਉਹ ਹੋ ਗਏ ਵਿਸਲਪੋਲੇ ਤੇ ਉਦੋਂ ਨੂੰ ਆ ਪਿਆ ਪਾਣੀ ਬੰਨ ਟੁੱਟ ਕੇ ਪਾਣੀ ਨੇ ਘੇਰਾ ਪਾ ਲਿਆ ਲੈ ਗਿਆ ਸਾਰਾ ਕੁਝ ਡੜ ਕੇ ਹੁਣ ਆਪਾਂ ਸਿਆਣੇ ਬਣੀਏ ਆਪਾਂ ਪਹਿਲਾਂ ਹੀ ਸਮਾਨ ਬੰਨ ਕੇ ਕਿਨਾਰੇ ਤੇ ਦੂਰ ਉੱਚੀ ਜਗ੍ਹਾ ਤੇ ਚਲੇ ਜਾਈਏ ਇਸ ਕਰਕੇ ਸਾਰਾ ਮਹਾਰਾਜ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਆਪਾਂ ਨੂੰ ਇਹ ਗਿਆਨ ਦਿੱਤਾ ਗਿਆ ਤੇ ਆਓ ਫਿਰ ਆਪਾਂ ਵੀ ਸਮਾਨ ਇਕੱਠਾ ਕਰ ਲਈਏ ਹਮੀ ਇਹਨਾਂ ਉਹ ਵੀ ਉਹ ਬੰਨ ਟੁੱਟ ਜੇ ਤੇ ਆਪਾਂ ਨੂੰ ਵੀ ਰੇੜ ਕਿ ਲੈ ਜੀ ਠੀਕ ਹੈ ਨਹੀਂ ਇਧਰ ਬੰਨ ਵਿਚਾਰਾ ਦਾ ਟੁੱਟਣਾ ਕਿਹੜਾ ਜੀ ਵਿਚਾਰਾਂ ਦਾ ਤੇ ਵਿਚਾਰਾਂ ਤੋਂ ਰਹਿਦ ਹੋਣ ਲਈ ਕੀ ਕਰਦੇ ਆਪਾਂ ਵਾਹ ਗੁਰੂ ਵਾਹ ਗੁਰੂ ਤੇ ਵਿਚਾਰਾਂ ਤੋਂ ਰਹਿਦੋਗੇ ਤੇ ਆਪਾਂ ਬਾ ਉੱਚੀ ਜਗ੍ਹਾ ਤੇ ਪਹੁੰਚ ਗਏ ਇੱਥੇ ਉੱਚੀ ਜਗ੍ਹਾ ਤੇ ਵੱਡਾ ਸਾਹਿਬ ਉੱਚਾ ਥਾਂ ਉੱਚੇ ਗੁਰਨਾਨਕ ਦੇਵ ਜੀ ਦੀ ਫੋਟੋ ਤੇ ਐ ਬਣਿਆ ਇੱਕ ਤਾ ਨੂੰ ਤੇ ਉਹ ਕਿਧਰ ਇਸ਼ਾਰਾ ਕੀਤਾ ਵੀ ਉੱਚੇ ਚਲੇ ਜਾਓ ਰੱਬ ਕੀ ਰਜਾ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਘਵਾਵੇ ਇਸ਼ਾਰਾ ਕੀਤਾ ਸਿਰ ਉੱਪਰ ਉੱਚੀ ਜਗ੍ਹਾ ਤੇ ਉੱਥੇ ਚਲੇ ਜਾਓ ਤੇ ਕੋਈ ਉੱਪਰ ਜਾਂਦਾ ਹੀ ਨਹੀਂ ਜਾਣ ਦਾ ਪਤਾ ਹੀ ਨਹੀਂ ਜਾਣਾ ਕਿਵੇਂ ਹੈਣਾ ਸੁਰਤੀ ਦਵਾਰਾ ਕਿੰਨੇ ਦਵਾਰੇ ਅੱਖਾਂ ਨਹੀਂ ਚਾਕੇ ਡੇਲਿਆਂ ਨੂੰ ਤਾ ਨੂੰ ਕਮਾ ਕੇ ਨਹੀਂ ਜਾਣਾ ਸੁਰਤ ਦਵਾਰਾ ਖਿਆਲ ਦਵਾਰਾ ਜਾਣਾ ਠੀਕ ਹੈ ਆਓ ਫਿਰ ਆਪਾਂ ਵੀ ਆਪਦਾ ਸਮਾਨ ਇਕੱਠਾ ਕਰੀਏ ਇਹ ਨਾ ਹੋਵੇ ਵੀ ਉਧਰੋਂ ਬੰਨ ਟੁੱਟ ਜੇ ਤੇ ਆਪਾਂ ਨੂੰ ਮੌਕਾ ਹੀ ਨਾ ਮਿਲੇ ਹਨ ਆਓ ਸਾਰੇ ਤੁਸੀਂ ਵਿਧੀ ਸਮਝੇ ਹੋਏ ਹੋ ਨੇਤਰ ਬੰਦ ਕਰਕੇ ਨੱਕ ਦੀ ਨੋਕ ਦੇ ਸਾਹਮਣੇ ਵੇਖੋ ਨੇਰਾ ਦਿਸਦਾ ਇਹਨੂੰ ਦੇਖਦੇ ਹੋਇਆ ਜੇ ਕਿਸੇ ਨੂੰ ਪ੍ਰਕਾਸ਼ ਦਿਸਦਾ ਉਹਨੇ ਪ੍ਰਕਾਸ਼ ਦੇਖਣਾ ਜੇ ਪ੍ਰਕਾਸ਼ ਦੇ ਦਰਸ਼ਨ ਹਜੇ ਨਹੀਂ ਹੋ ਰਹੇ ਸੁੰਨ ਦਿਸਦੀ ਇਹ ਫਿੱਕਾ ਜਿਹਾ ਹਨੇਰਾ ਉਹਨੂੰ ਦੇਖਣਾ ਉਹਨੂੰ ਦੇਖਦੇ ਹੋਏ ਕਹਿਣਾ ਵਾਹ ਦੇਖਦੇ ਹੋયા ਨੇ ਰਸਨਾ ਨੇ ਬੋਲਣਾ ਵਾਹ ਤੇ ਕੰਨਾਂ ਨਾਲ ਸੁਣਨਾ ਵਾਹ ਫਿਰ ਦੇਖਦੇ ਹੋ ਮੈਂ ਬੋਲਣਾ ਗੁਰੂ ਕੰਨਾਂ ਨਾਲ ਸੁਣਨਾ ਗੁਰੂ ਇਹਨੂੰ ਵੀ ਬਾਰ-ਬਾਰ ਰਿਪੀਟ ਕਰਨਾ ਆਓ ਸਾਰੇ ਪਿਆਰ ਨਾਲ ਸਰੀਰ ਨੂੰ ਢਿੱਲਾ ਛੱਡ ਕੇ ਰੱਖੋ ਅੱਖਾਂ ਨੂੰ ਵੀ ਢਿੱਲਾ ਰੱਖੋ ਰਿਲੈਕਸ ਰੱਖੋ ਬਾਡੀ ਨੂੰ ਕਰੋ ਸ਼ੁਰੂ ਵਾਹ ਗੁਰੂ 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 ਵਾਹ Guru Wa, Guru Wa, Guru Wa, Guru Wa, Guru Wa, Guru 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 Wa, Guru 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 ਵਾਹ ਗੁਰੂ 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 ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਇਸ ਮਾਨ ਆਪਾ ਚੱਕਿਆ ਹੌਲੀ ਹੌਲੀ ਜਦੋਂ ਪਤਾ ਲੱਗਿਆ ਵੀ ਪਾਣੀ ਆ ਗਿਆ ਨੇੜੇ ਉਦੋਂ ਫਿਰ ਕੀ ਕਰਦੇ ਆ ਛੇਤੀ ਛੇਤੀ ਕੀ ਕਰਦੇ ਭੱਜ ਭੱਜ ਕੇ ਸਮਾਨ ਚੱਕਦੇ ਆ ਉਹ ਰਹਿ ਗਿਆ ਲੈ ਆਈ ਫਟਫਟੋ ਰਹਿ ਗਿਆ ਹਣਾ ਪਤਾ ਲੱਗ ਗਿਆ ਵੀ ਉਹ ਆਉਂਦਾ ਛਾਲਾ ਮਾਰਦਾ ਪਾਣੀ ਫਿਰ ਕਾਲੀ ਨਾਲ ਫਿਰ ਤੇਜ਼ ਤੇਜ਼ੀ ਕਰਦੇ ਆ ਆਓ ਫਿਰ ਪਾਣੀ ਆ ਗਿਆ ਨੇੜੇ ਤੇ ਜਿਹੜਾ ਰਹਿੰਦਾ ਸਮਾਨ ਕਿਤੇ ਰੋੜ ਕੇ ਨਾ ਲੈ ਜੇ ਫਟਫਟੋ ਵੀ ਚੱਕ ਲੀਏ ਕਰੋ ਸ਼ੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

ਵਾਹ ਗਿਰ ਵਾ 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 ਅੱਖਾਂ ਬੰਦੀ ਰੱਖਿਓ ਸਮਾਨ ਸਾਰਾ ਜਕ ਲਿਆ ਹੁਣ ਰਾਮ ਨਾਲ ਬੈਠ ਜਾਓ ਹੁਣ ਧਿਆਨ ਚ ਬੈਠ ਜਾਓ ਰਿਲੈਕਸ ਹੋ ਕੇ ਅੱਖਾਂ ਬੰਦੀ ਰੱਖੋ ਮਸਤਕ ਦੇ ਸਾਹਮਣੇ ਮਹਿਸੂਸ ਕਰੋ ਫੇਕਰ ਲੈ ਗਿਆ ਤੇ ਹੁਣ ਬੈਠੇ ਹੋ ਤੁਸੀਂ ਉੱਥੇ ਆਰਾਮ ਦੇ ਵਿੱਚ ਕਿਉਂਕਿ ਪਹਿਲਾਂ ਥੱਕ ਕੇ ਸਮਾਨ ਚੱਕਦੇ ਹੋਏ ਹੁਣ ਰਿਲੈਕਸ ਹੋ ਕੇ ਬੈਠੋ ਨਾ ਹੱਥ ਹਿਲਾਉਣੇ ਨਾ ਪੈਰ ਹੌਲੀ ਹੌਲੀ ਨੇਤਰ ਖੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੁਣ ਗੁਰਬਾਣੀ ਦੇ ਵਿੱਚ ਸ਼ਬਦ ਦੱਸਿਆ ਕਹਿੰਦੇ ਹੁਣ ਵੇਲਾ ਹੈ ਬੰਨ ਲਓ ਕੀ ਬੰਨ ਲਓ ਸਮਾਨ ਇਕੱਠਾ ਕਰ ਲਓ ਬੇੜੇ ਨੂੰ ਇਕੱਠਾ ਕਰ ਲਓ ਗੁਰੂ ਗ੍ਰੰਥ ਸਾਹਿਬਹਾਰੀ ਬਾਣੀ ਵਿੱਚ ਦੱਸਦੇ ਨੇ ਕਹਿੰਦੇ ਬੇੜਾ ਬੰਨ੍ਹ ਨਾ ਸਕਿਓ ਬੰਧਨ ਕੀ ਬੇੜਾ ਪਾਪ ਸਰਵਰ ਜਬਿਛਲੇ ਤਬ ਤਰਨ ਦਹਿਲਾ ਕਹਿੰਦੇ ਉਦੋਂ ਭਜਾਂਗੇ ਤੇ ਪਹਿਲਾਂ ਕਿਉਂ ਨਾ ਬਨ ਲਗੇ ਮਤਲਬ ਕਹਿੰਦਾ ਸਰੀਰ ਛੱਡਣ ਤੋਂ ਪਹਿਲਾਂ ਦੇਹ ਛੱਡਣ ਤੋਂ ਪਹਿਲਾਂ ਸਿਮਰਨ ਕਰਕੇ ਫੁਰਨਿਆਂ ਤੋਂ ਰਹਿਤ ਹੋ ਕੇ ਤਿਆਰ ਬਰ ਤਿਆਰ ਬੈਠੋ ਵੀ ਜੇ ਸਦਾ ਜੇ ਸਾਡੇ ਨਾਲ ਕੋਈ دنیਵੀ ਫੁਰਨਾ ਨਾ ਜਾਏ ਜੇ دنیਵੀ ਫੁਰਨਾ ਚਲਾ ਗਿਆ ਦੁਬਾਰਾ ਜਨਮ ਵਿੱਚ ਆਉਣਾ ਪਏਗਾ ਕਿਸੇ ਵੀ ਜਨਮ ਜਿਹੜਾ ਫੁਰਨਾ ਲੈ ਕੇ ਉਹ ਜਨਮ ਵਿੱਚ ਆਉਣਾ ਪਏਗਾ ਜੇ ਪੈਸਿਆਂ ਦਾ ਫੁਰਨਾ ਲੈ ਕੇ ਸੱਪ ਬਣ ਕੇ ਆਉਣਾ ਪਏਗਾ ਜੇ ਘਰ ਦਾ ਫੁਰਨਾ ਲੈ ਕੇ ਪ੍ਰੇਤ ਬਣ ਕੇ ਆਉਣਾ ਪਏਗਾ ਜੇ ਬੱਚਿਆਂ ਦਾ ਫੁਰਨਾ ਲੈ ਕੇ ਸੂਰ ਬਣ ਕੇ ਆਉਣਾ ਪਏਗਾ ਜੇ ਔਰਤ ਦਾ ਫੁਰਨਾ ਲੈ ਕੇ ਬੇਸਵਾ ਬਣ ਕੇ ਆਉਣਾ ਪਏਗਾ ਤੇ ਜੇ ਮਾਲਕ ਦਾ ਹੀ ਰਿਆ ਫਿਰ ਮਾਲਕ ਕੋਲੇ ਚਲੇ ਜਾਵੇ ਅੰਤ ਕਾਲ ਜੋ ਨਾਰਾਇਣ ਸਿਮਰੇ ਬਦਰ ਤ੍ਰਿloਚਨ ਤੇ ਨਰ ਮੁਕਤਾ ਪਤੰਬਰ ਵਕੈ ਰਿਧੇ ਵਸੇ ਤੇ ਆਪਾਂ ਨਹੀਂ ਕੋਈ ਫੁਰਨਾਲ ਨਾਲ ਆਪਣੇ ਨਾਲ ਨਾ ਜਾਏ ਇਸ ਕਰਕੇ ਮਨ ਨੂੰ ਇੰਨਾ ਸਿਮਰਨ ਕਰਕੇ ਇੰਨਾ ਕਲੀਨ ਕਰ ਲੋ ਬਾਬਾ ਕਬੀਰ ਜੀ ਕਹਿੰਦੇ ਅਸੀਂ ਮਨ ਨੂੰ ਇੰਨਾ ਕਲੀਨ ਕਰ ਲਿਆ ਵੀ ਜਿਵੇਂ ਗੰਗਾ ਦਾ ਪਾਣੀ ਸਾਫ ਬਾਬਾ ਕਬੀਰ ਜੀ ਦੇ ਵੇਲੇ ਕਿੰਨਾ ਪਾਣੀ ਸਾਫ ਹੋਇਆਗਾ ਹੁਣ ਤਾਂ ਚਲੋ ਫੈਕਟਰੀਆਂ ਲੱਗੀਆਂ ਪਾਣੀ ਗੰਧਲਾ ਹੋ ਗਿਆ ਹੈਨਾ ਕਬੀਰ ਮਨ ਨਿਰਮਲ ਪਿਆ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੇ ਹਰ ਫਿਰੇ ਕਹਿ ਤ ਕਬੀਰ ਕਬੀਰ ਆਪਾਂ ਵੀ ਚਾਹੁੰਦੇ ਆ ਸਾਨੂੰ ਵੀ ਬਾਜ ਮਾਰੇ ਚਾਹੁੰਦੇ ਆ ਨਾ ਤੇ ਫਿਰ ਮਨ ਨੂੰ ਨਿਰਮਲ ਕਰ ਕਿਸੇ ਦਾ ਹੱਕ ਨਾ ਮਾਰੋ ਕਿਸੇ ਨਾਲ ਬੇਈਮਾਨੀ ਨਾ ਕਰੋ ਕਿਸੇ ਨੂੰ ਬੇਵਕੂਫ ਨਾ ਬਣਾਓ ਕਿਸੇ ਨਾਲ ਧੋਣਾ ਨਾ ਕਮਾਓ ਹਨ ਸੱਚ ਬੋਲੋ ਕੀ ਬੋਲੋ ਸੱਚ ਬੋਲੋ ਕੋਈ ਨਹੀਂ ਸਿਰ ਤੇ ਕਿਰਪਾਨ ਰੱਖੇ ਕਿਸੇ ਦੀ ਹੈ ਨਹੀਂ ਤੇ ਸਿਮਰਨ ਕਰੋ ਮਾਲਕ ਦੀ ਸਿਫਤਸਲਾ ਕਰੋ ਛੋਟਿਆਂ ਨੂੰ ਪਿਆਰ ਕਰੋ ਵੱਡਿਆਂ ਦਾ ਸਤਿਕਾਰ ਕਰੋ ਕਿਸੇ ਨੂੰ ਉਲਟਾ ਕੇ ਨਾਮ ਬੋਲੋ ਜੇ ਕਹੇ ਨੇ ਮੈਨੂੰ ਮਾੜਾ ਸ਼ਬਦ ਕਿਹਾ ਤੇ ਅਗੋਂ ਮੈਂ ਵੀ ਉਹਨੂੰ ਕਹਿ ਦਿੱਤਾ ਫਿਰ ਤਾਂ ਬਰਾਬਰ ਹੋ ਗਿਆ ਸਾਹਿਬ ਫਿਰ ਤਾਂ ਦੋਨੇ ਫੇਲ ਹੋ ਗਏ ਜੇ ਕਹੇ ਨੇ ਮੈਨੂੰ ਕਿਹਾ ਮਾੜਾ ਮੈਂ ਗਿਆ ਕਰ ਚੁੱਪ ਜਰ ਗਿਆ ਉਹਨੂੰ ਚੱਲ ਗਿਆ ਤੇ ਮਾਲਕ ਦੇ ਕਰੇ ਆਪਾ ਪਾਸ ਠੀਕ ਹੈ ਨੀ ਇਸ ਕਰਕੇ ਨਾ ਕਿ ਉਹਨੂੰ ਮੰਦਾ ਕਹੋ ਤੇ ਨਾ ਚੰਗਾ ਕਹੋ ਕੀ ਕਹੋ ਜੀ ਨਾ ਕਹੇ ਨੂੰ ਕਿਉਂਕਿ ਇਸ ਮਾਰਗ ਤੇ ਚੱਲਦੇ ਹੋਇਆ ਕਿਸੇ ਦਾ ਨਾ ਚੰਗਾ ਤੇ ਮਾੜਾ ਸੋਚਣਾ ਨਹੀਂ ਹੋ ਹੋ ਜਾਣਾ ਚੰਗਾ ਸੋਚੋਗੇ ਚੰਗਾ ਹੋ ਜਾਣਾ ਅਗਲੇ ਦਾ ਮਾੜਾ ਸੋਚੋਗੇ ਮਾਰਾ ਹੋ ਜਾਣਾ ਇਸ ਕਰਕੇ ਆਪਾਂ ਨਾ ਚੰਗਾ ਨਾ ਮਾੜਾ ਕਿਸੇ ਨੂੰ ਨਾ ਕਹੀਏ ਸਿਰਫ ਆਪਦੀ ਭਗਤੀ ਕਰੀਏ ਆਪਦੇ ਜਨਮ ਦਾ ਲਾਹਾ ਖਟੀਏ ਮੇਰੇ ਮਨ ਨੂੰ ਇਹ ਸਰੀਰ ਮਿਲਿਆ ਤੁਹਾਡੇ ਮਨ ਨੂੰ ਤੁਹਾਡਾ ਸਰੀਰ ਮਿਲਿਆ ਆਪੋ ਆਪਣਾ ਜਿਹੜਾ ਸਰੀਰ ਹੈ ਬ੍ਰਹਮਣ ਦਾ ਨਕਸ਼ਾ ਮੇਰੇ ਸਰੀਰ ਮਨ ਨੂੰ ਇਹ ਨਕਸ਼ਾ ਮਿਲਿਆ ਇਸ ਨਕਸ਼ੇ ਦੀ ਜਿਹੜੀ ਸਭ ਤੋਂ ਉੱਚੀ ਜਗ੍ਹਾ ਉੱਥੇ ਮਾਲਕ ਹੈ ਸਾਹਮਣੇ ਵੀ ਹੈ ਆਕਾਸ਼ ਗगन ਪਤਾਲ ਗगन ਜੋ ਦ੍ਰਿਸ਼ ਗगन ਰਹਿਾਈ ਲੈ ਆਨੰਦ ਮੂਲ ਸਦਾ ਪ੍ਰਖੋ ਤਮ ਘਟ ਬਿਨ ਸੇ ਗगन ਜਾਇ ਲੈ ਜਦੋਂ ਘਟ ਬਿਨ ਸੇ ਮਿਲ ਕੇ ਸਰੀਰ ਛੱਡਿਆ ਉਦੋਂ ਗगन ਚ ਕੋਈ ਨਹੀਂ ਜਾਂਦਾ ਗगन مينਜ ਮਾਲਕ ਮਾਲਕ ਕੋਲੇ ਕੋਈ ਨਹੀਂ ਜਾਂਦਾ ਕਿਉਂਕਿ ਜਿਉਂਦੇ ਦੀ ਮਾਲਕ ਦੇਖਿਆ ਹੀ ਨਹੀਂ ਤੇ ਫਿਰ ਕੌਣ ਜਾਏਗਾ ਮਾਲਕ ਕੋਲੇ ਜੇ ਸਰੀਰ ਵਿੱਚ ਰਹਿੰਦੇ ਹਾਂ ਅਸੀਂ ਮਾਲਕ ਦੇਖਿਆ ਹੋਏਗਾ ਤੇ ਮਾਲਕ ਨੂੰ ਸੁਣਿਆ ਹੋਏਗਾ ਫਿਰ ਜਦੋਂ ਅੰਤਮ ਸਮਾਇਆ ਤੇ ਮਾਲਕ ਕੋਲ ਜਾਵਾਂਗੇ ਤੇ ਜੇ ਦੇਖਿਆ ਹੀ ਨਹੀਂ ਫਿਰ ਇਧਰ ਉਧਰ ਜਾਵਾਂਗੇ ਇਸ ਕਰਕੇ ਸਮਾਂ ਕੱਢ ਕੇ ਵਿਧੀਆਂ ਸਿੱਖ ਲਓ ਮਾਲਕ ਦੇ ਇਸ ਪੁੱਤ ਨੂੰ ਮਾਲਕ ਨੇ ਵਿਧੀਆਂ ਸਿਖਾਈਆਂ ਨੇ ਜਿਹੜੀ ਉਮਰ ਮੇਰੇ ਪਿੰਡ ਤੋਂ ਗੁਰਮੁਖ ਬੈਠੇ ਨੇ ਕੌਂਕੇ ਕਲਾਂ ਤੋਂ ਇਹਨਾਂ ਨੂੰ ਵੀ ਪਤਾ ਹੈ ਜਿਹੜੀ ਉਮਰ ਮੇਰੀ ਕਮਾਈ ਦੀ ਸੀ ਮੈਰਿਜ ਤੋਂ ਬਾਅਦ ਨਾਲ ਹੀ ਮੈਨੂੰ ਸੰਗਤ ਮਿਲ ਗਈ ਕਾਰੋਬਾਰ ਛੱਡ ਕੇ ਮੈਂ ਕੋਈ ਕੰਮ ਨਹੀਂ ਕੀਤਾ ਹਾਂ ਮੈਂ ਉਹਦੇ ਬ੍ਰਦਰ ਦੇ ਨਾਲ ਰਲ ਕੇ ਉਹਦੇ ਨਾਲ ਰਹਿ ਕਰ ਲੈਂਦਾ ਸੀ ਲੇਕਿਨ ਮੈਂ ਪਹਿਲਾਂ ਇਹ ਸਿੱਖਿਆ ਸਾਰਾ ਕੁਝ ਮੈਂ 15 ਸਾਲ ਲਾਇਏ ਜੀ ਆਪਣੇ ਗੁਰੂ ਦੇ ਨਾਲ ਆਪਣੇ ਉਸਤਾਦ ਦੇ ਨਾਲ ਆਪਣੇ ਟੀਚਰ ਦੇ ਨਾਲ ਅਬੋਰ ਮੇਰੇ ਘਰ ਤੋਂ 200 ਕਿਲੋਮੀਟਰ ਦੇ ਕਰੀਬ ਸੀ 180 ਕਿਲੋਮੀਟਰ ਮੈਂ ਹਰ ਸੈਟਰਡੇ ਦੇ ਦਿਨ ਮੈਂ ਤੇ ਮੇਰੇ ਜੀਵਨ ਸਾਥੀ ਮੇਰੇ ਘਰੋਂ ਅਸ ਬੱਚਿਆਂ ਬੱਚੇ ਛੋਟੇ ਹੁੰਦੇ ਸੀ ਉਹਨਾਂ ਨੂੰ ਅਸੀਂ ਮੋਢੇ ਲਾਉਣਾ ਕੋਚੜ ਚੱਕਣਾ ਬੱਸਾਂ ਦੇ ਵਿੱਚ ਕਿੰਨਾ ਸਫਰ ਸੀ ਬੱਸਾਂ ਰਾਹ ਟੁੱਟੇ ਛੜਕਾਂ ਉੱਚੀਆਂ ਨੀਵੀਆਂ ਸੇਮ ਆਈ ਹੁੰਦੀ ਸੀ ਐ ਜਾਂਦੀ ਚਾਰਾਂ ਘੰਟਿਆਂ ਦਾ ਸਫਰ ਕਰਕੇ ਉੱਥੇ ਪਹੁੰਚਦੇ ਸਿਰਫ ਰਾਤ ਕੱਢਦੇ ਸੀ ਸੰਗਤ ਕਰਦੇ ਸੀ ਰਾਤ ਨੂੰ ਤੇ ਸਵੇਰੇ ਅਸੀਂ 4-5 ਵਜੇ ਉੱਥੋਂ ਬੱਸ ਵੜਦੇ ਸੀ ਤੇ ਨਾਂ ਅਨਸਰ ਚੌਂਕ 'ਚ ਉਤਰ ਜਾਂਦੇ ਸੀ ਉਥੋਂ ਆ ਕੇ ਅੱਗੋਂ ਭਰਾ ਆਉਂਦੇ ਸੀ ਮੋਟਰਸਾਈਕਲ ਤੇ ਲੈ ਜਾਂਦੇ ਸੀ 8 ਸਾਲ ਮੈਂ ਬੋਰਦੀ ਧਰਤੀ ਤੇ ਗਿਆ 8 ਸਾਲ ਬਾਅਦ ਭਾਈ ਸਾਹਿਬ ਮੋਗੇ ਦੀ ਧਰਤੀ ਤੇ ਆ ਗਏ ਉਹ ਵੀ ਜ਼ਮੀਨ ਆਪਾਂ ਤੁਰ ਫਿਰ ਕੇ ਲੱਭ ਕੇ ਦਿੱਤੀ ਸੀ ਸੋ ਗੁਰਮੁ ਪਿਆਰਿਓ ਉਹ ਮਿਹਨਤ ਕੀਤੀ ਤੇ ਮਨ ਨੂੰ ਸੁੱਖ ਮਿਲਦਾ ਸੀ ਮਨ ਨੂੰ ਕੋਈ ਭਟਕਣਾ ਨਹੀਂ ਰਹਿ ਗਈ ਸੀ ਉਹ ਜਿਹੜੀ ਮਿਹਨਤ ਕੀਤੀ ਸੀ ਅੱਜ ਉਹ ਮੈਨੂੰ ਅੱਜ ਵੀ ਸੁਖ ਦੇ ਰਹੀ ਹੈ। ਕੌਣ ਕਿਸੇ ਨੂੰ ਪੁੱਛਦਾ? ਪੁੱਛਦਾ ਕੋਈ ਕਿਸੇ ਨੂੰ? ਰਾਤ ਤੁਰੇ ਜਾਂਦੇ ਨੂੰ ਕੋਈ ਕਹਿੰਦਾ ਜੀ ਆਓ ਸਾਡੇ ਘਰੇ ਪ੍ਰਸ਼ਾਦਾ ਛਕ ਲਓ। ਤੇ ਆ ਸੰਗਤਾਂ ਕਿੰਨਾ ਸਤਿਕਾਰ ਕਰਦੀਆਂ। ਕੋਈ ਕਹਿੰਦਾ ਜੀ ਸਾਡੇ ਘਰੇ ਆ ਜਾਓ। ਕਹਿੰਦੇ ਮੂਹ ਨੂੰ। ਮਾਲਕ ਦੇ ਮੂਹ ਨੂੰ। ਕਹਿੰਦੇ ਮੂਹ ਨੂੰ ਜੀ। ਗੁਰਬਾਣੀ ਦੇ ਮੂਹ ਨੂੰ। ਕਿਉਂਕਿ ਗੁਰਬਾਣੀ ਤੋਂ ਬਾਹਰ ਵਿਚਾਰ ਨਹੀਂ ਕਰਦੇ ਤੇ ਕਰਦੇ ਮਾਲਕ ਦੀ। ਹੁੰਦੇ ਮੂਨੂ ਇਸ ਬੱਚੇ ਦੀ ਤੁਸੀਂ ਸਾਰੇ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਤੇ ਮੈਂ ਮਾਲਕ ਦੇ ਚਰਨਾਂ 'ਚ ਬੇਨਤੀ ਕਰਦਾ ਸੱਚੇ ਬਾਦਸ਼ਾਹ ਤੇਰੇ ਇਸ ਬੁੱਤ ਵੱਲੋਂ ਕਦੀ ਵੀ ਕਿਸੇ ਦਾ ਮਨ ਨਾ ਟੁੱਟੇ ਕਦੀ ਵੀ ਕਿਸੇ ਦਾ ਕੋਈ ਐਸਾ ਕਰਮ ਨਾ ਹੋ ਜੇ ਜਿੰਦੇ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਮੂੰਹ ਸੋਹਣਾ ਲੈ ਕੇ ਜਾਣਾ ਚਾਹੁੰਨੇ ਮਾਲਕ ਦੇ ਘਰੇ ਉਜਲ ਮੁਖ ਦੱਸੇ ਸੋਹਣਾ ਮੁਖ ਵੀ ਦੱਸਿਆ ਉਹ ਲੈ ਕੇ ਜਾਣਾ ਚਾਹੁੰਦੇ ਆ ਤੇ ਜਿੰਨੇ ਬੱਚੇ ਮਾਲਕ ਨੇ ਮੇਰੇ ਨਾਲ ਖੜੇ ਕੀਤੇ ਨੇ ਮੈਂ ਉਹਨਾਂ ਲਈ ਵੀ ਬੇਨਤੀ ਕਰਦਾ ਉਹ ਵੀ ਬਹੁਤ ਇਮਾਨਦਾਰ ਨੇ ਉਹਨਾਂ ਲਈ ਵੀ ਬੇਨਤੀ ਕਰਦਾ ਮਹਾਰਾਜ ਇਹਨਾਂ ਦੇ ਵੀ ਮੂੰਹ ਤੇਰੇ ਘਰੇ ਆਉਣ ਤਾਂ ਸੋਹਣੇ ਮੂੰਹ ਲੈ ਕੇ ਆਉਣ ਸਤਿ ਸ਼੍ਰੀ ਅਕਾਲ ਮੈਂ ਅਰਸੋਂ ਗੁਰਦੁਆਰਾ ਸਾਹਿਬ 'ਚ ਵਿਚਾਰ ਕਰਨ ਤੋਂ ਬਾਅਦ ਉਹਦੋਂ ਵੀ ਕਿਹਾ ਸੀ ਕਿ ਮੈਂ ਸਿਰਫ 10 ਦਿਨ 15 ਦਿਨ ਰਿਹਾ ਕਰਨਾ ਕਿਸੇ ਵੀ ਕੰਟਰੀ ਜਿੱਦ ਤੋਂ ਵੱਧ ਨਹੀਂ ਰਿਹਾ ਕਰਨਾ ਹੂੰ ਕੋਈ ਮੈਂ ਤੁਹਾਡੇ ਤੋਂ ਗ੍ਰਾਹੀ ਕਰਨ ਨਹੀਂ ਆਇਆ ਮੈਂ ਮੈਂ ਕੋਈ ਪੈਸੇ ਲੈਣ ਨਹੀਂ ਆਇਆ ਮੈਂ ਅਗਾਲਪੁਰਖ ਦੀ ਡਿਊਟੀ ਕਰਨਾ ਆਇਆ ਮੈਂ ਮਾਲਕ ਦੀ ਆਪਣੇ ਪਿਤਾ ਦੀ ਡਿਊਟੀ ਕਰਨਾ ਆਇਆ ਤੇ ਮਾਲਕ ਦੇ ਤੁਸੀਂ ਵੀ ਬੱਚਿਓ ਤੁਹਾਨੂੰ ਸਮਝਾਉਣਾ ਆ ਕਿ ਤੁਸੀਂ ਵੀ ਇਹ ਡਿਊਟੀ ਕਰੋ ਆਪਦਾ ਕਾਰੋਬਾਰ ਕਰਦੇ ਹੋਏ ਚਾਹੇ ਕੋਈ ਸਿਮਰਨ ਕਰਦਾ ਉਹਨੂੰ ਵੀ ਨਹੀਂ ਕਰਦਾ ਉਹਨੂੰ ਵੀ ਚਾਹੇ ਜਾਣਦਾ ਚਾਹੇ ਨਹੀਂ ਜਾਣਦਾ ਉਹਨੂੰ ਜਰੂਰ ਕਹੋ ਵੀ ਸਿਮਰਨ ਕਰ ਤੈਨੂੰ ਸੁੱਖ ਮਿਲੇਗਾ ਸਿਮਰਨ ਕਰ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕਾਲ ਕਲੇਸ਼ ਤਨ ਮਾਹੇ ਮਟਾਵੈ ਇਸ ਤਰ੍ਹਾਂ ਜਣੇ ਜਿਵੇਂ ਭਾਈ ਸਾਹਿਬ ਜੀ ਨੇ ਆਪਦੇ ਉਸ ਪੁੱਤ ਨੂੰ ਸੂਈ ਦੇ ਨਖਾਰੇ ਤਾਂ ਨਹੀਂ ਕੱਢਿਆ ਤਰਾਸ਼ ਕੇ ਕਸਾ ਕੇ ਸਹਾ ਕੇ ਓਵੇਂ ਤੁਸੀਂ ਵੀ ਨਿਕਲੋ ਜੇ ਸੂਈ ਦੇ ਨਖਾਰੇ ਤਾਂ ਨਹੀਂ ਕੱਢਿਆ ਸੀ ਕਿਵੇਂ ਪਤਾ ਲੱਗਦਾ ਹੈ ਤੁਹਾਡੇ ਹਰ ਇੱਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਿਲਦਾ ਹੈ ਇੰਥੋਂ ਪਤਾ ਲੱਗਦਾ ਹੈ ਵੀ ਸੂਈ ਦੇ ਨਖਾਰੇ ਐ ਨਹੀਂ ਹੈ ਕਿ ਇਧਰੋਂ ਫਾਲੀ ਕੀ ਉਧਰੋਂ ਫਾਲੀ ਗੱਲ ਠੀਕ ਹੈ ਤੇ ਉਹ ਮੇਰੇ ਰਿਸਪੈਕਟਡ ਨੇ ਤੇ ਰਹਿਣਗੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹਨਾਂ ਦੇ ਵੀ ਸੀ ਮੇਰੇ ਵੀ ਆ ਤੁਹਾਡੇ ਵੀ ਇਹ ਸਾਰੇ ਨੇ ਇਹ ਤਾਂ ਆਲਓਵਰ ਸਾਰੇ ਸੰਸਾਰ ਦੇ ਆ ਕਿਨੇ ਜੀ ਇਸ ਕਰਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਮਾਲਕ ਨੇ ਮੇਰਾ ਉਹਨਾਂ ਨਾਲ ਸਹਯੋਗ ਬਣਾਇਆ ਤੁਹਾਡਾ ਵੀ ਵਿੱਚੋਂ ਵਿੱਚੋਂ ਕਈਆਂ ਦਾ ਬਣਾਇਆ ਤੇ ਉਸ ਤੋਂ ਬਾਅਦ ਤੁਹਾਡਾ ਮੇਰੇ ਨਾਲ ਬਣਾਇਆ ਕੋਈ ਤਾਂ ਸਹਯੋਗ ਹੈਗਾ ਹੀ ਆ ਨਾ ਜਿਹੜਾ ਆਪਾਂ ਇਕੱਠੇ ਹੁੰਨੇ ਆ ਜੇ ਸਹਯੋਗ ਹੋਵੇ ਨਾ ਆਪਾਂ ਮਿਲ ਹੀ ਨਹੀਂ ਸਕਦੇ ਇੱਕ ਦੂਸਰੇ ਨੂੰ ਕਿਨੇ ਜੀ ਇਸ ਕਰਕੇ ਆਪਾਂ ਮਾਲਕ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਸੱਚੇ ਬਾਦਸ਼ਾਹ ਜਿਨਨੇ ਵੀ ਤੇਰੇ ਬੱਚੇ ਤੈਨੂੰ ਮਿਲਣਾ ਚਾਹੁੰਦੇ ਆ ਉਹਨਾਂ ਤੇ ਕਿਰਪਾ ਕਰ ਦੇ ਜਿਨ੍ਹਾਂ ਨੂੰ ਨਾਮ ਸੁਣਦਾ ਹੈ ਉਹਨਾਂ ਨੂੰ ਅੱਗੇ ਹੋਰ ਕਰ ਦੇ ਜਿਨ੍ਹਾਂ ਨੂੰ ਨਹੀਂ ਸੁਣਦਾ ਉਹਨੂੰ ਨਾਮ ਸੁਣ ਲਾ ਦੇ ਨਾਮ ਤਾਂ ਤੂੰ ਹੀ ਦੇਣਾ ਮੈਂ ਤਾਂ ਦੁਸ਼ਾਬ ਪੈਦਾ ਕਰਨਾ ਤੁਹਾਡੇ 'ਚ ਕੀ ਕਰਨਾ ਜੀ ਜਾਂ ਬਰਾਗ ਪੈਦਾ ਕਰੂੰਗਾ ਜਾਂ ਚਾਹਉ ਪੈਦਾ ਕਰੂੰਗਾ ਸੁਣਾ ਕੇ ਮਾਲਕ ਦੀ ਗੱਲ ਹੁੰਦਾ ਹੈ ਨਾ ਜੀ ਜਾਂ ਬਰਾਗ ਆਉਂਦਾ ਜਾਂ ਚਾਉ ਆਉਂਦਾ ਤੁਹਾਨੂੰ ਐਨ ਪ੍ਰਪੇਅਰ ਕਰਦਾ ਗੁਰਬਾਣੀ ਗੁਰੂ ਦੇ ਮੁਤਾਬਕ ਅੱਗੇ ਤੁਸੀਂ ਮਿਹਨਤ ਕਰਨੀ ਹੈ ਕੀ ਕਰਨੀ ਹੈ ਮਿਹਨਤ ਕਹਿ ਰਿਹਾ ਮੈਂ ਹਟ ਨਹੀਂ ਕਹਿ ਰਿਹਾ ਹਟ ਨਹੀਂ ਕਰਨਾ ਠੀਕ ਹੈ ਜੀ ਤੇ ਪਿਆਰ ਨਾਲ ਮਾਲਕ ਨੂੰ ਮਿਲਣਾ ਹੈ ਮਾਲਕ ਨੇ ਪਿਆਰ ਨਾਲ ਮਿਲਣਾ ਹੱਟ ਨਾਲ ਨਹੀਂ ਮਿਲਣਾ ਸਾਚ ਕਹੂੰ ਸੁਣ ਲਿਓ ਸਵੇ ਦਿਨ ਪ੍ਰੇਮ ਕਿਓ ਤਨ ਹੀ ਪ੍ਰਭਾ ਹੈ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਪ੍ਰੇਮ ਨਾਲ ਕਰਿਆ ਕਰੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਬੋਲਣ ਦੇ ਵਿੱਚ ਪਿਆਰ ਹੋਵੇ ਖੜਬਾ ਬਣਨਾ ਹੋਵੇ ਖੁਸ਼ਕੀ ਨਾ ਹੋਵੇ ਠੀਕ ਨੇ ਚਲ ਮਾ ਜਾਣਾ ਬੋਲੋ ਹਨਾ ਪਿਆਰ ਨਾਲ ਭਿੱਜ ਕੇ ਬੋਲੋ ਵਾਹ ਗੁਰੂ 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 ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਮਹਾਰਾਜ ਦੀ ਬਾਣੀ ਦੇ ਵਿੱਚ ਪਿਆਰ ਵਾਲੇ ਕਿੰਨੇ ਸ਼ਬਦ ਲਿਖੇ ਨੇ ਹੈ ਨਹੀਂ ਕਿ ਗੁਰਬਾਣੀ ਦਾ ਸ਼ਬਦ ਆਉਂਦਾ ਮਿਲ ਮੇਰੇ ਪ੍ਰੀਤਮਾ ਜੀਓ ਤਦ ਬਿਨ ਖਰੀ ਉਹਨੂੰ ਉਹਨੂੰ ਕਹਿਣਾ ਆਪਾਂ ਆਪਾਂ ਵੀ ਕਹਿਣਾ ਇਹ ਨਹੀਂ ਹੈ ਬੀਬੀਆਂ ਲਈ ਆਪਣੇ ਲਈ ਵੀ ਇਹੀ ਸ਼ਬਦ ਟੁਕਦਾ ਵੀ ਮਹਾਰਾਜ ਮਿਲ ਮੈਨ ਹਣਾ ਤੇਰੇ ਬਰਾਗ ਦੇ ਵਿੱਚ ਤੇਰੇ ਬੱਚੇ ਇੰਤਜ਼ਾਰ ਕਰਦੇ ਨੇ ਗੇਟ ਖੋਲ ਬਲਾਲਾ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੇਰੇ ਨਾਲ ਜਿਵੇਂ ਪਹਿਲਾਂ ਤੁਸੀਂ ਗੁਰਦੋਰਾ ਬ੍ਰਮ ਮਿਲਣੇ ਕਾ ਚਾਹੋ ਗੁਰੂ ਸਰਕੋਂ ਕੇ ਸਚਨਾਉ ਵਿਡਿਆਈ ਵਿਚਾਰ ਗੁਰਮਤਿ ਮੈਡੀਟੇਸ਼ਨ ਦੇ ਸਟੂਡੈਂਟ ਭਾਈ ਸਿਮਰ ਸਿੰਘ ਜੀ ਨੂੰ ਸੁਣਿਆ ਹੈ ਇਸੇ ਤਰ੍ਹਾਂ ਮੇਰੇ ਨਾਲ ਸਟੂਡੈਂਟ ਕਾਫੀ ਆਏ ਨੇ ਭਾਈ ਸੁਖਵਿੰਦਰ ਸਿੰਘ ਜੀ ਯੂਕੇ ਤੋਂ ਆਏ ਨੇ ਉਹ ਥੱਲੇ ਬੱਚਿਆਂ ਨੂੰ ਬੋਰਡ ਦੇ ਉੱਤੇ ਸਮਝਾ ਰਹੇ ਨੇ ਭਾਈ ਹਰਦੀਪ ਸਿੰਘ ਜੀ ਇੰਗਲੈਂਡ ਤੋਂ ਆਏ ਨੇ ਭਾਈ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਭੋਗ ਦਾ ਪਾਇਆ ਹੈ ਗੁਰਬਾਣੀ ਵਿਚਾਰਨ ਕੀਤੀ ਆਪਾਂ ਸੁਣੀ ਇਸੇ ਤਰ੍ਹਾਂ ਪੰਜਾਬ ਤੋਂ ਪਹਿਲਾਂ ਯੂਪੀ ਚਲੇ ਗਏ ਯੂਪੀ ਤੋਂ ਗੁਰਮੁਖ ਇਥੇ ਟੰਟੂ ਆ ਗਏ ਉਹਨਾਂ ਦੇ ਨਾਂ ਹੈ ਭਾਈ ਜੈਦੀਪ ਸਿੰਘ ਜੀ ਅੱਜ ਉਹਨਾਂ ਤੋਂ ਵਿਚਾਰ ਸਰਵਨ ਕੀਤੀ ਮਨ ਮੰਨਿਆ ਕਿ ਤੁਹਾਨੂੰ ਵੀ ਸੁਣਾਇਆ ਜਾਵੇ ਉਹਨਾਂ ਦੇ ਬਚਨ ਅੱਪਾ 10 15 ਮਿੰਟ ਵਾਸਤੇ ਉਹਨਾਂ ਨੂੰ ਵੀ ਸੁਣਨਾ ਹੈ ਤੇ ਇਸ ਕਰਕੇ ਮੈਂ ਇੱਥੇ ਫਤੇ ਬੁਲਾਉਣਾ ਮੈਂ ਆਪਣੇ ਵੱਲੋਂ ਆਪਣੇ ਸਾਰੇ ਜਥੇ ਵੱਲੋਂ ਜਿੰਨੀਆਂ ਵੀ ਸੰਗਤਾਂ ਨੇ ਪ੍ਰਚਾਰ ਵਿੱਚ ਯੋਗਦਾਨ ਜਿਹੜੇ ਸਿੰਘ ਬਾਰੇ ਉਹ ਵੀ ਤੇ ਜਿਹੜੇ ਟਾਈਮ ਕੱਢ ਕੇ ਉਹ ਵੀ ਤੇ ਜਿਨ੍ਹਾਂ ਦੇ ਗ੍ਰਹਿ ਵਿਖਿਆਪਾ ਇਕੱਠੇ ਹੋਏ ਹਾਂ ਭਾਈ ਸੁਖਦੇਵ ਸਿੰਘ ਜੀ ਬੀਬੀ ਬਲਵਿੰਦਰ ਕੌਰ ਜੀ ਇਹਨਾਂ ਦੇ ਸਾਰੇ ਪਰਿਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਅਕਾਲ ਪੁਰਖ ਜੀ ਦਾ ਜਿਨ੍ਹਾਂ ਨੇ ਆਪਾਂ ਨੂੰ ਸਮਾਂ ਬਣਾ ਕੇ ਦਿੱਤਾ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਬਾਣੀ ਤੋਂ ਵਿਚਾਰ ਹੋਈ ਹੈ ਵਿਚਾਰ ਕਰਦੇ ਹਾਂ ਤੋਂ ਕੋਈ ਨਾ ਕੋਈ ਸ਼ਬਦ ਅੱਗੇ ਪਿੱਛੇ ਹੋ ਜਾਂਦਾ ਹੈ ਕਿ ਆਪਾਂ ਕਿਹੜਾ ਵੇਖ ਕੇ ਪੜ੍ਹ ਕੇ ਕਰਨੀ ਆ ਹੈ ਹਨਾ ਜਵਾਨੀ ਹੈ ਕੋਈ ਨਾ ਕੋਈ ਗਲਤੀ ਹੋ ਜਾਂ ਜਾਣ ਕੇ ਨਹੀਂ ਕਰਦੇ ਆਪਾਂ ਹੋ ਜਾਂਦੀ ਹੈ ਹਨਾ ਜਾਣੇ ਅਣਜਾਣੇ ਚ ਤੇ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਗਲਤੀ ਮੰਨ ਲੈਨੇ ਆ ਫਿਰ ਕੌਣ ਬਖਸ਼ਦਾ ਗੁਰੂ ਤੇ ਗੁਰੂ ਦੀ ਸੰਗਤ ਜੇ ਮਾਲਕ ਦੇ ਸਪੁੱਤ ਤੋਂ ਵਿਚਾਰ ਕਰਦੇ ਹਾਂ ਤੋਂ ਕੋਈ ਗਲਤੀ ਹੋ ਗਈ ਹੋਵੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੈਦੀਪ ਸਿੰਘ ਜੀ ਨੂੰ ਮੈਂ ਇੱਥੇ ਸਾਦਾ